ਪੰਜਾਬ ਮੇਲ ਯੂਐਸਸੀਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਹਾਂ ਬਲਕਾਰ ਸਿੰਘ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਫੋਕਸ ਵਿੱਚ ਉਹ ਮਸਲੇ ਲੈਨੇ ਆ ਜਿਹੜੇ ਬਿਲਕੁਲ ਪੱਖੀ ਹੁੰਦੇ ਆ ਤੇ ਤੁਹਾਡੀ ਚਾਤ ਮਰਾਉਨੇ ਆ ਤੁਹਾਨੂੰ ਜਾਣਕਾਰੀ ਦੇਨੇ ਆ ਪੰਜਾਬ ਦੇ ਉਹਨਾਂ ਮਸਲਿਆਂ ਤੇ ਜਿਹੜੇ ਬਿਲਕੁਲ ਐਸਐਸਰਕਰਮ ਨੇ ਉਹਨਾਂ ਵਿੱਚੋਂ ਪਹਿਲਾ ਮਸਲਾ ਤੁਹਾਡੀ ਨਜ਼ਰ ਕਰਦੇ ਹਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਐਸਆਈਟੀ ਸਿਟ ਤੋਂ ਬਾਅਦ ਹੁਣ ਈੜੀ ਦੇ ਸਕੰਜ ਵਿੱਚ ਫਸੇ ਜਿਹੜਾ ਐਸਆਈਟੀ ਤੋਂ ਰਿਕਾਰਡ ਮੰਗ ਲਿਆ ਉਹਨਾਂ ਨੇ ਔਰ ਰਿਕਾਰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਤੱਕ ਕਿੰਨੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਵਿੱਚ ਕੀ ਕੁਝ ਕਿਸ ਸਿੱਟੇ ਤੱਕ ਪਹੁੰਚਿਆ ਹੁਣ ਈਡੀ ਦਾ ਸਿਕੰਜਾ ਤੁਹਾਨੂੰ ਪਤਾ ਹੀ ਹੈ ਕਿ ਦਰਸ਼ਕੋ ਬਹੁਤ ਹੀ ਜਿਆਦਾ پیچੀਦਾ ਔਰ ਬਹੁਤ ਹੀ ਕਸਿਆ ਹੁੰਦਾ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਕੋ ਜਿਹੜੇ ਮਜੀਠੀਆ ਜੀ ਨੇ ਆਪਣੀ ਜ਼ਮੀਨ ਬਣਾਈਆਂ ਜਨ ਜਾਇਦਾਦ ਬਣਾਈਆਂ ਉਹਦਾ ਵੀ ਐਨਾਲਿਸਿਸ ਹੋਗਾ ਉਹਦੇ ਬਾਰੇ ਵੀ ਪਤਾ ਕੀਤਾ ਜਾਊਗਾ ਕਿ ਜਦੋਂ ਦਵਿਜੀਲੈਂਸ ਇਹਨਾਂ ਦੇ ਪਿੱਛੇ ਲੱਗੀ ਸੀ ਫਿਰ ਸਿੱਟ ਲੱਗੀ ਫਿਰ ਹੁਣ ਈਡੀ ਆ ਹੁਣ ਈਡੀ ਵਾਲਾ ਸਿਕੰਜਾ ਜਿਆਦਾ ਅੱਜ ਦਾ ਬਿਆਨ ਵਿੱਚ ਉਹਨਾਂ ਨੇ ਕਿਹਾ ਮਜੀਠੀਆ ਨੇ ਕਿ ਈਡੀ ਕੋ ਮੈਨੂੰ ਪਚਾਉਣ ਚਾਹੁੰਦਾ ਇਹਨਾਂ ਨੇ ਹਾਰ ਖਾ ਲਈ ਆ ਭਗਵੰਤ ਮਾਨ ਜੀ ਨੇ ਔਰ ਉਸ ਤੋਂ ਬਾਅਦ ਇਹੰਦਾ ਮੈਂ ਬਿਲਕੁਲ ਆਂਦਾ ਸੱਚ ਦਾ ਸੱਚ ਤੇ ਝੂਠ ਦਾ ਝੂਠ ਨਿੱਤਰ ਜਾਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਇਸ ਕਰਕੇ ਮਜੀਠਿਆ ਜੀ ਨੇ ਇਸ ਵੇਲੇ ਬਕਾਇਦਾ ਤੌਰ ਤੇ ਐਲਾਨ ਵੀ ਕਰ ਦਿੱਤੇ ਆ ਔਰ ਬਹੁਤ ਵਾਰੀ ਇਹਨਾਂ ਨੂੰ ਬੁਲਾਇਆ ਸੀਗਾ ਪਹਿਲੋਂ ਜਦੋਂ ਬੁਲਾਇਆ ਸੀਗਾ ਪਟਿਆਲੇ ਉਦੇ ਵਿੱਚ ਤਾਂ ਨਹੀਂ ਪਹੁੰਚੇ ਫਿਰ ਦੂਜੀ ਤੀਜੀ ਵਾਰ ਜਦੋਂ ਸਮਨ ਇਹਨਾਂ ਨੂੰ ਤਾਂ ਤਾਮਿਲ ਹੋਇਆ ਉਹਦੇ ਵਿੱਚ ਇਹ ਪਹੁੰਚ ਚੁੱਕੇ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਜਵਾਬਦਾਰੀ ਦਿੱਤੀ ਆ ਵਿੱਚ ਲੰਚ ਹੋ ਜਾਂਦਾ ਵਿੱਚ ਆ ਜਾਂਦੇ ਸੀਗੇ ਐਕਚੁਅਲੀ ਇਹ ਤੇ ਮਨ ਲਰਨਿੰਗ ਤੇ ਤਸਕਰੀ ਜਿਹੜਾ ਨਸ਼ਾ ਤਸਕਰੀ ਦਾ ਵੀ ਕੇਸ ਆ ਉਸੇ ਕੇਸ ਨੂੰ ਹੀ ਲੈ ਕੇ ਹਰ ਵਾਰ ਇਹਨਾਂ ਨੂੰ ਬੁਲਾਇਆ ਜਾਂਦਾ ਸੀਗਾ ਸੇਟ ਵੱਲੋਂ ਵੀ ਤੇ ਹੁਣ ਇਹਨਾਂ ਨੂੰ ਈਡੀ ਨੇ ਸਿਕੰਜਾ ਕੱਸ ਦਿੱਤਾ ਹੁਣ ਦੇਖੋ ਕੀ ਬਣਦਾ ਇਸ ਤੋਂ ਪਹਿਲਾਂ ਦੇਖੋ ਪਹਿਲਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਸਪਸ਼ਟੀਕਰਨ ਦੇ ਚੁੱਕੇ ਆ ਉੱਥੇ ਵੀ ਨਤਮਸ ਤੋਂ ਕਈ ਪਹਿਲਾਂ ਮੱਥਾ ਟੇਕਿਆ ਤੇ ਫਿਰ ਇਹਨੇ ਆਪਣਾ ਸਪਸ਼ਟੀਕਰਨ ਦਿੱਤਾ ਸਖਬੀਰ ਬਾਦਲ ਤੋਂ ਬਾਅਦ ਤੇ ਉਸ ਤੋਂ ਬਾਅਦ ਬਾਕੀ ਮੰਤਰੀ ਵੀ ਆਏ ਜਿਨ੍ਹਾਂ ਵਿੱਚ ਇਹ ਵੀ ਪਹਿਲੇ ਮੰਤਰੀ ਸੀਗੇ ਜਿੱਚ ਬੀਬੀ ਜਗੀਰਕੌਰ ਜੀ ਗਏ ਔਰ ਉਹਦੇ ਵਿੱਚ ਪੁੰਦਰਜੀ ਵੀ ਗਏ ਉਹਦੇ ਵਿੱਚ ਬਾਕੀ ਜਿਹੜੇ ਮੰਤਰੀ ਨੇ ਕੱਲ ਉਹਨਾਂ ਨੂੰ ਆਦੇਸ਼ ਪ੍ਰਤਾਪ ਜਿਹੜੇ ਸੀ ਰਾਜ ਮੰਤਰੀ ਮੰਡਲ ਵਿੱਚ ਇਹਨਾਂ ਦੇ ਸਾਨਾਂ ਲਾਨੇ ਔਰ ਪ੍ਰਤਾਪ ਸਿੰਘ ਕਹਰਨ ਦੇ ਪੁੱਤਰੇ ਨੇ ਉਹਨਾਂ ਨੂੰ ਵੀ ਸਪਸ਼ਟੀ ਕਰਨ ਦੇਣਾ ਪਿਆ ਜਿੰਨੇ ਮੰਤਰੀ ਰਾਏ ਬਦਲ ਸਰਕਾਰ ਦੇ ਵਿੱਚ ਉਹਨਾਂ ਨੂੰ ਵੀ ਸਪਸ਼ਟੀ ਕਰਨ ਦੇਣਾ ਪਿਆ ਰਿਹਾ ਕਿਉਂਕਿ ਉਹਦੇ ਵਿੱਚ ਜੱਗੀ ਦਾ ਸੀਗਾ ਇੱਕ ਮਾਮਲਾ ਬਹੁਤ ਲੰਬਾ ਗੁਰਗਰਾਂ ਸਾਹਿਬ ਜੀ ਦੀ ਵਿਦਾ ਤੇ ਦੂਸਰਾ ਉਹਨਾਂ ਤੇ ਕੁਝ ਰਿਸ਼ਵਤਖੋਰੀ ਦੇ ਕੁਝ ਪੰਜਾਬ ਦੇ ਵਿੱਚ ਜਿਹੜੇ ਵੀ ਉਹਨਾਂ ਨੇ ਜਿਹੜੇ ਕੋਟਾਲੇ ਕੀਤੇ ਆ ਉਹਨਾਂ ਵਿੱਚ ਟੈਂਡਰ ਕੋਟਾਲੇ ਆ ਔਰ ਕਈ ਕੋਟਾਲੇ ਆ ਉਹਨਾਂ ਦੇ ਵਿੱਚ ਵੀ ਸਪਸ਼ਟੀਕਰਨ ਮੰਗਿਆ ਗਿਆ ਹੁਣ ਦੇਖੋ ਉਸ ਤੋਂ ਬਾਅਦ ਕੀ ਕੁਝ ਹੁੰਦਾ ਔਰ ਕੀ ਕੀ ਕਿੱਥੇ ਕਿੱਥੇ ਗੱਲ ਪਹੁੰਚਦੀ ਆ ਕੁਝ ਤਾਂ ਧਾਰਮਿਕ ਮਾਮਲੇ ਨੇ ਜਿਨ੍ਹਾਂ ਵਿੱਚ ਜਦੋਂ ਮਲੇਰ ਕੋਟਲਾ ਤੇ ਬਾਕੀ ਜਗ੍ਹਾ ਤੇ ਗੋਲੀ ਚੱਲੀ ਆ ਉਸ ਮਾਮਲੇ ਵਿੱਚ ਵੀ ਇਹਨਾਂ ਨੂੰ ਬੁਲਾਇਆ ਗਿਆ ਔਰ ਉਹਦੇ ਵਿੱਚ ਗ੍ਰਹਿ ਮੰਤਰੀ ਸੁਖਵੀਰ ਬਾਦਲ ਜੀ ਸਨ ਔਰ ਪਾਲਾ ਕੇ ਹੁਣ ਮਜੀਠੀਆ ਸਾਹਿਬ ਅੱਗੇ ਆਗੇ ਨੇ ਔਰ ਸਿੱਟ ਤੋਂ ਬਾਅਦ ਹੁਣ ਈਡੀ ਦਾ ਜਿਹੜਾ ਇਹਨਾਂ ਤੇ ਪਚੀਦਾ ਸਕੰਜਾ ਕੱਸਿਆ ਗਿਆ ਹੁਣ ਦੇਖੋ ਉਥੇ ਕੀ ਜਵਾਬ ਦਿੰਦੇ ਆ ਕੀ ਦੱਸਣਗੇ ਔਰ ਕੀ ਕੁਝ ਕਰਕੇ ਆਪਣੇ ਸਾਰੇ ਕੇਸ ਦਾ ਨਿਪਟਾਰਾ ਕਰ ਸਕਦੇ ਆ ਇਹ ਹੁਣ ਬਲੀਪੰਦ ਉਹ ਹੀ ਜਾਣਦੇ ਆ ਕਿ ਕਿੱਥੇ ਕਿੱਥੇ ਇਹਨਾਂ ਕੋ ਜੜੀਆਂ ਪੁੱਲਾਂ ਹੋਈਆਂ ਕਿੱਥੇ ਕਿੱਥੇ ਇਹਨਾਂ ਨੇ ਵੱਡੀ ਲਈ ਕਿੱਥੇ ਕਿੱਥੇ ਇਹਨਾਂ ਨੇ ਨਸ਼ਾ ਤਸ਼ਕਰੀ ਕੀਤੀ ਆ ਇਹ ਸਾਰਾ ਕੁਝ ਸਪਾ ਲਾ ਕੇ ਇਹਨਾਂ ਤੇ ਅੱਜ ਵੇਲੇ ਦੋਸ਼ ਮੜੇ ਗਿਆ ਇਹ ਸਾਰੇ ਦੋਸ਼ਾਂ ਦਾ ਜਵਾਬ ਦੇਣਾ ਪਣਦਾ ਈਡੀ ਸਾਹਿਬ ਨੂੰ ਇਹਨਾਂ ਦਾ ਆ ਚਲੋ ਦੂਜਾ ਰੋ ਕਰਦੇ ਆਪਾਂ ਦੂਸਰੇ ਮਸਲੇ ਵੱਲ ਕਿ ਚੰਡੀਗੜ੍ਹ ਸੈਕਟਰ 10 ਵਿੱਚ ਸਥਿਤ ਕੋਠੀ ਤੇ ਗ੍ਰਨੇਡ ਨਾਲ ਹਮਲਾ ਹੋਇਆ ਬੜਾ ਸੰਗੀਨ ਹਮਲਾ ਪੰਜਾਬ ਪੁਲਿਸ ਦਾ ਜਿਹੜਾ ਰਿਟਾਇਰਡ ਸੀ ਐਸਪੀ ਉਹ ਨਿਸ਼ਾਨੇ ਤੇ ਸੀ ਮਿਸਟਰ ਚਾਹਲ ਐਸਪੀਸੀ ਰਿਟਾਇਰਡ ਉਹਦੇ ਵਿੱਚ ਬੈਠੇ ਪਤਾ ਕੌਣ ਸੀਗੇ ਉਹਦੇ ਵਿੱਚ ਤਾਂ ਇੱਕ ਰਿਟਾਇਰਡ ਆਫੀਸਰ ਬੈਠੇ ਸੀ ਬੈਂਕ ਤੇ ਔਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਨਾਲ ਸੀਗਾ ਉਹ ਲੌਨ ਦੇ ਵਿੱਚ ਹੀ ਥੋੜੇ ਸਾਈਡ ਤੇ ਬੈਠੇ ਸੀਗੇ ਉਹ ਇਨਕਮ ਟੈਕਸਰ ਰਿਟਾਇਰ ਸੀਗੇ ਦੋਨੇ ਪਿਓ ਪੁੱਤ ਬੈਠੇ ਸੀਗੇ ਜਦੋਂ ਇਹਨਾਂ ਨੇ ਗ੍ਰਨੇਡ ਸੁੱਟਿਆ ਔਰ ਉਹ ਆਟੋ ਕਰਕੇ ਆਏ 43 ਸੈਕਟਰ ਤੋਂ ਆਟੋ ਕਰਕੇ ਆਏ ਔਰ ਉਹਦੇ ਵਿੱਚ ਜਿਹੜੇ ਗ੍ਰਨੇਡ ਬਣਿਆ ਅੱਜ ਤਵਦੀਸ਼ ਹੋ ਗਿਆ ਕਿ ਇਹ ਗ੍ਰਨੇਡ ਇੰਡੀਆ ਦੇ ਬਣੇ ਨਹੀਂ ਕਿ ਬਾਹਰਲੇ ਗ੍ਰਨੇਡ ਆ ਔਰ ਉਹਨਾਂ ਦੇ ਗਿਵਨ ਹਮਲੇ ਸੀ ਚਾਲ ਜਿਹੜਾ ਐਸਪੀ ਰਟਾਇਰ ਨੇ ਔਰ ਹੁਣ ਦੂਜਾ ਹਮਲਾ ਜਿਹੜਾ ਹੋਇਆ ਉਹਦੇ ਵਿੱਚ ਉਹਨਾਂ ਨੂੰ ਮਾਰਨ ਦਾ ਉਹਨਾਂ ਦਾ ਮਨਚਾ ਸੀਗਾ ਪਰ ਉਹਨਾਂ ਨੂੰ ਇਹ ਰਸੀ ਪਤਾ ਕੋਤੇ ਤੋ ਚਲੇ ਗਏ ਕੋਤੇ ਪੁਲਿਸ ਅਫਸਰਾਂ ਨੂੰ ਪਤਾ ਹੈ ਕਿ ਇਹ ਮੇਰੇ ਪਿੱਛੇ ਲੱਗੇ ਆ ਤੇ ਮੈਂ ਕਿਸ ਤਰ੍ਹਾਂ ਬਚਾ ਕਰਨਾ ਵਾ ਉਹਨਾਂ ਦਾ ਤਾ ਹੋ ਗਿਆ ਬਚਾ ਔਰ ਮਰ ਲਗੇ ਸੀ ਤੋ ਉਹ ਵੀ ਬਰਬ ਨੇ ਬਚਾ ਲਿਆ ਕੋਈ ਜਾਨ ਦੇਵਾ ਹਮਲਾ ਜਿਹੜਾ ਹੋਇਆ ਸੀ ਉਹਦੇ ਚ ਉਹਨਾਂ ਨੂੰ ਬਖਸ਼ਾ ਨਹੀਂ ਸੀ ਜਾਣਾ ਪਰ ਰੱਬ ਨੇ ਬਚਾ ਲਿਆ ਜਿਹੜੀ ਅਗ ਬਲ ਦੀ ਅਗ ਚ ਵੀ ਰੱਬ ਬਚਾ ਲਿੰਦਾ ਉਹ ਤੇ ਗਏ ਬਾਜ ਹੁਣ ਜਿਹੜਾ ਇਹਨਾਂ ਤੇ ਨਿਸ਼ਾਨਾ ਬਣਾਇਆ ਸੀ ਚਾਲ ਤੇ ਐਸਪੀ ਤੇ ਹੁਣ ਉਹ ਦੇਖੋ ਕਿੱਥੋਂ ਤੱਕ ਪਹੁੰਚਦਾ ਔਰ ਉਹ ਬੰਦੇ ਤਾਂ ਇਹਨਾਂ ਨੇ ਲੈਣੇ ਫੜ ਪੁਲਿਸ ਉਹਦੇ ਹੰਦ ਮਗਰ ਲੱਗੀ ਆ ਆਟੋ ਵਾਲੇ ਤੱਕ ਤਾਂ ਗਏ ਪਹੁੰਚ 80 ਦਾ ਨੰਬਰ ਸੀ ਜਿਹੜਾ 8 ਉਹਨਾਂ ਨੇ ਹਾਇਰ ਕੀਤਾ ਸੀ ਉਹ ਕਹਿੰਦੇ ਮੇਰੇ ਕੋ ਹਾਇਰ ਕੀਤਾ ਹੁਣ 8 ਵਾਲਿਆਂ ਨੂੰ ਕੀ ਪਤਾ ਹੁੰਦਾ ਕਹਿੰਦੇ ਬੈਣਾ ਕਿਨੇ ਉੱਥਾਂ ਕਿੱਧਰ ਜਾਣਾ ਕੀ ਕਰਨਾ ਉਹ ਚੁੱਪਕੀ ਤੇ ਗ੍ਰੇਨੇਡ ਜੇਬ ਚ ਪਾਏ ਸੀਗੇ ਉਹ ਉਹਨਾਂ ਨੇ ਦਰਵਾਜ਼ੇ ਦੇ ਉੱਤੋਂ ਦੀ ਛੋੜ ਦਿੱਤੇ ਹਲਾਉਣ ਦੇ ਵਿੱਚ ਉਹਦੇ ਵਿੱਚ ਜਦੋਂ ਚੱਲੇ ਆ ਔਰ ਥਰਥਰਾਟ ਇੰਨੀ ਧਰਤੀ ਕੰਬੀ ਔਰ ਉਹਦੇ ਵਿੱਚ ਪੁਲਿਸ ਨੇ ਉਹਦਾ ਤਬਦੀਸ਼ ਕਰ ਲਈ ਜਿਹੜੇ ਖੋਲ ਪਏ ਸੀਗੇ ਕਿ ਇੰਡੀਆ ਦੇ ਨਹੀਂ ਇਹ ਬਾਹਰਲੇ ਹੀ ਆ ਔਰ ਇਸੇ ਤਰ੍ਹਾਂ ਦਾ ਹੀ ਕੰਮ ਆ ਜਦੋਂ ਸਿੱਧੂ ਮੂਸੇਵਾਲਾ ਜੀ ਨੂੰ ਮਾਰਿਆ ਸੀਗਾ ਉੱਥੇ ਜਵਾਰ ਕੇ ਮਾਂਸਾ ਦੇ ਨੇੜੇ ਜਦੋਂ ਸਾਰ ਗੱਡੀ ਤੇ ਜਾ ਰਹੇ ਸੀ ਉਹਦੇ ਚ ਜਿਹੜੀ ਗਨ ਪੁਆਇੰਟ ਸੀ ਜਿਹੜੇ ਗਾਨਾ ਲਈਆਂ ਵਾਂ OK 47 21 7TC ਉਹ ਵੀ ਰਸ਼ੀਆ ਦੀਆਂ ਬਣੀਆਂ ਸੀਗੀਆਂ ਉਹਦੇ ਚ ਜਿਹੜੇ ਕਾਰਤੂਸ ਚੱਲੇ ਉਹ ਪਛਾਣੇ ਗਏ ਪਤਾ ਕੀਤਾ ਗਿਆ ਫਰਾਂਸਿਕ ਸਾਇੰਸ ਵਾਲਿਆਂ ਕੋਲ ਗਿਆ ਜਿਹੜਾ ਚੰਡੀਗੜ੍ਹ ਦਫ਼ਤਰ ਹੈ ਉੱਥੇ ਵੀ ਦਬਦਿਸ਼ ਹੋਈ ਉਹ ਵੀ ਇਸੇ ਤਰ੍ਹਾਂ ਬਾਰੂ ਅਸਲਾ ਬਾਰੂ ਪਤਨ ਕਿਸ ਤਰ੍ਹਾਂ ਹੁੰਦਾ ਹੁਣ ਜਦੋਂ ਉਹ ਆਟੋ ਤੇ ਜਾ ਰਿਹਾ ਤਲਾਸ਼ੀ ਨਹੀਂ ਲੈ ਰਹੀ ਪੁਲਿਸ ਨੇ ਸਤਾਰਕ ਹੈ ਗਈ ਚੰਡੀਗੜ੍ਹ ਦੀ ਹਰ ਗੇਟ ਤੇ ਹਰ ਜਗ੍ਹਾ ਤੇ ਹਰ ਨੁੱਕਰ ਤੇ ਪੁਲਿਸ ਕਾੜੀ ਆ ਉਹ ਦੇਖੋ ਕੀ ਹੈਗਾ ਆਕ ਬਚਾ ਕੇ ਨਿਕਲ ਗਿਆ ਔਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਉੱਤੇ ਚੰਡੀਗੜ੍ਹ ਦੇ ਵਿੱਚ ਜਦੋਂ ਕਿ ਚੰਡੀਗੜ੍ਹ ਜਿਹੜਾ ਹੈਗਾ ਪੁ ਦੀ ਟਾਸਕ ਫੋਰਸ ਹੈਗੀਆਂ ਹੋਰ ਫੋਰਸਾਂ ਵੀ ਉੱਤੇ ਬੈਠੀਆਂ ਨੇ ਰੈਪਿਡ ਫੋਰਸਾਂ ਵੀ ਆ ਗਈਆਂ ਇਸ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਹੈਗੀਆਂ ਉੱਥੇ ਵੀ ਨਿਕਲ ਜਾਂਦੇ ਆ ਪਤਾ ਨਹੀਂ ਅੱਖਾਂ ਮੀਟ ਕੇ ਖਲੋਤੇ ਰਹਿੰਦੇ ਕੀ ਕਰਦੇ ਆ ਕਿੱਧਰ ਦੀ ਜਾਂਦੇ ਕਿੱਧਰ ਦੀ ਵਹਿੰਦੇ ਆ ਉਦੋਂ ਖਣ ਗੱਲਾਂ 'ਚ ਲੱਗੇ ਰਹਿੰਦੇ ਆ ਟਰੱਕ ਦੇ ਤੌਰ ਤੇ ਤਾਂ ਚੰਡੀਗੜ੍ਹ ਮੰਨਿਆ ਕੋ ਟਰਨ ਤੁਸੀਂ ਨਹੀਂ ਲੈ ਸਕਦੇ ਕਿਸੇ ਪਾਸੇ ਜੇ ਟਰਨ ਗਲਤ ਲੈ ਲਓਗੇ ਤਾਂ ਫਿਰ ਤੁਹਾਨੂੰ ਦੁਬਾਰਾ ਮੂੰਹ ਕੁੰਭ ਕੇ ਆਉਣਾ ਪਊਗਾ ਕੈਮਰੇ ਲੱਗੇ ਆ ਹਰ ਜਗ੍ਹਾ ਤੇ ਨੁੱਕਰ-ਨੁੱਕਰ ਤੇ ਕੈਮਰੇ ਲੱਗੇ ਆ ਉਹਦੇ باوجود ਵੀ ਦੇਖੋ ਕਿੱਡੇ ਸੰਗੀਨ ਹਾਦਸੇ ਹੁੰਦੇ ਆ ਹੁਣ ਅਸੀਂ ਚੱਲਦੇ ਆਂ ਪੰਜਾਬ ਦੇ ਦ ਸਲਾਹ ਹੈਗਾ ਕਿ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ 25 ਟਰੈਵਲ ਏਜੰਟਾਂ ਨੂੰ ਕੀਤਾ ਗਿਆ ਗ੍ਰਿਫਤਾਰ ਗੈਰਕਾਨੂੰਨੀ ਤੌਰ ਤੇ ਠੱਗੀ ਕਰ ਰਹੇ ਸਨ ਲੋਕਾਂ ਨਾਲ ਇਹ ਇਹਦੇ ਵਿੱਚ ਜ਼ਿਲ੍ਹੇ ਨੇ ਜਲੰਧਰ ਵੀ ਹੈ ਲੁਧਿਆਣਾ ਵੀ ਹੈ ਹਾਰਪੁਰ ਵੀ ਹੈ ਪਟਿਆਲਾ ਵੀ ਹੈ ਕਪੂਰਥਲਾ ਵੀ ਹੈ ਔਰ ਰੋਪੜਵੀਆ ਉਹ ਬਾਕੀ ਜिले 8 ਨੇ ਜਿਨ੍ਹਾਂ ਵਿੱਚੋਂ ਇਹਨਾਂ ਨੇ 25 ਜਿਹੜੇ ਟ੍ਰੈਵਲ ਏਜੰਟ ਕੱਲ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਲੋਕਾਂ ਨਾਲ ਠੱਗੀ ਮਾਰਦੇ ਸੀਗੇ ਜਿਹੜੇ ਮੁੰਡਿਆਂ ਨੇ ਜਿਹੜੇ ਪਲੱਸ 2 ਕਰ ਜਾਂਦੇ ਸੀ ਪੜ੍ਹੇ ਲੈ ਕੇ ਸੀਗੇ ਉਹਨਾਂ ਨੂੰ ਇਹ ਬਾਹਰ ਭੇਜਣ ਦਾ ਝਾਸਾ ਦਿੰਦੇ ਸੀ ਕੈਨੇਡਾ ਕੈਨੇਡਾ ਤਾਂ ਹੁੰਦੀ ਆ ਅਮਰੀਕਾ ਅਮਰੀਕਾ ਤਾਂ ਹੁੰਦੀ ਆ ਸੋਧਾ ਉਹਦੇ ਵਿੱਚ ਭੇਜ ਹੋਰ ਦੇਸ਼ ਚ ਦਿੰਦੇ ਸੀ ਔਰ ਉਹਦੇ ਚ ਕੱਲ ਪਰਸੋਂ ਕੱਲ ਦੀ ਖਾਲੀ ਆ ਬੜੀ ਖਬਰ ਕਿ ਇੱਕ ਪੰਜਾਬੀ ਗਾਇਕ ਫਤੇਜੀਤ ਸਿੰਘ ਉਹਨੂੰ ਵੀ ਇੰਦਰਾ ਗਾਂਧੀ 에ਰਪੋਰਟ ਤੋਂ ਫੜਿਆ ਗਿਆ ਔਰ ਕੋ ਫੇਕ ਡਾਕੂਮੈਂਟ ਸੀਗੇ ਇਮੀਗ੍ਰੇਸ਼ਨ ਨੇ ਜਦੋਂ ਸ਼ਿਕਾਇਤ ਕੀਤੀ ਆ ਪੰਜਾਬ ਪੁਲਿਸ ਪਹੁੰਚ ਗਈ ਉੱਥੇ ਅਰੈਸਟ ਕਰ ਲਿਆ ਉਹਨੇ ਦੱਸਿਆ ਕਿ ਜਲੰਧਰ ਦਾ ਇਹ ਏਜੰਟਾ ਕਾ ਜਨੇ ਮੈਨੂੰ ਭੇਜਿਆ ਸੀਗਾ ਉਹਦੇ ਕੋ 50 ਲੱਖ ਲੈਣਾ ਸੀ ਡਾਂਕੀ ਦੇ ਜ਼ਰੀਏ ਡਾਂਕੀ ਦੇ ਰਾਹੀਂ ਉਹਨਾਂ ਨੂੰ ਅਮਰੀਕਾ ਭੇਜਣਾ ਸੀਗਾ ਦੋਸਤੋ ਫਰਾਈਟ ਲੈ ਕੇ ਉਹਨੇ ਜਲ ਜਣਾ ਸੀ ਪਨਾਮਾ ਜਿੰਦਾ ਅੱਗੇ ਫੜੇ 130 ਬੰਦੇ ਫੜੇ ਉੱਥੇ ਤੇ ਉਹਨਾਂ ਦੀ ਦੁਬਾਰਾ ਟਿਕਟ ਕਟਾ ਕੇ ਇੰਦਰਾ ਗਾਂਧੀ 에ਰਪੋਰਟ ਪਹੁੰਚਤਾ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਦੇ ਜਿਹੜਾ ਰੋਜ਼ਾਨ ਆ ਇੰਨਾ ਰੁਝਾਨ ਵੱਧ ਗਿਆ ਕਿ ਚਲੋ ਅਮਰੀਕਾ ਚਲੋ ਕੈਨੇਡਾ ਚਲੋ ਨਿਊਜ਼ੀਲੈਂਡ ਆਸਟ੍ਰੇਲੀਆ ਭੱਜ ਭੱਜ ਕੇ ਜਾ ਰਹੇ ਆ ਤੇ ਪੰਜਾਬ ਹੋ ਗਿਆ ਖਾਲੀ ਹੁਣ ਇਹਦੇ ਵਿੱਚ 25 ਜਿਹੜੇ ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੁਣ ਦੱਸੋ ਕੀ ਕਰਨਗੇ ਔਰ ਜੋ ਜੋ ਜਵਾਬ ਦੇਣਗੇ ਉਹਦੇ ਵਿੱਚ ਤਬਦੀਸ਼ ਹੋਏਗੀ ਔਰ ਉਹਨਾਂ ਟ੍ਰੈਵਲ ਏਜੰਟਾਂ ਦੇ ਕੇਸ ਜਿਹੜੇ ਧਾਰਾ ਲੱਗ ਚੁੱਕੀਆਂ ਹਨ ਔਰ ਉਹਦੇ ਵਿੱਚ ਕੁਝ ਉਹਨਾਂ ਦੇ ਕੇਸ ਜਿਹੜੇ ਬਾਕੀ ਭੇਜੇ ਵੀ ਆ ਮੁੰਡੇ ਔਰ ਡਾਂਕੀ ਲਾ ਕੇ ਵੀ ਆ ਉਸ ਤਰ੍ਹਾਂ ਵੀ ਭੇਜ ਦਿਆ ਕੁੜੀਆਂ ਵੀ ਭੇਜ ਦਿਆ ਔਰ ਕੁੜੀਆਂ ਕੋਲ ਦੇ ਮਾਪਿਆਂ ਕੋਲ ਪੈਸਾ ਵਟੌਰ ਦਿਆ ਔਰ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਦਰਸ਼ਕਾਂ ਨੂੰ ਕਿ ਉਹਦੇ ਵਿੱਚ ਹਾਈ ਕਮਿਸ਼ਨਰ ਭਾਰਤ ਨੇ ਕਿਹਾ ਸੀ ਕਿ ਕੁੜੀਆਂ ਨਰਸਾਂ ਨੂੰ ਤੋ ਤਾਂ ਨਹੀਂ ਦਿੱਤੀ ਸੀ ਕਿ ਜਦੋਂ ਤੁਸੀਂ ਨਿਊਜ਼ੀਲੈਂਡ ਦੀ ਧਰਤੀ ਤੇ ਜਾ ਪਹਿਲਾਂ ਚਲ ਜਾਂਦੀਆਂ ਜੇ ਉਹਦੇ ਚ ਇੱਕ ਸੋਚ ਲਿਆ ਕਰੋ ਠੋਕਰਾਂ ਨਾ ਖਾਓ ਕਿ ਤੁਹਾਡਾ ਵੀਜ਼ਾ ਲੱਗ ਚੁੱਕਿਆ ਤੁਸੀਂ ਕਿੰਨੇ ਸਾਲ ਇੱਥੇ ਰਹਿਣਾ ਵਾ ਔਰ ਕਿਸ ਕੰਪਨੀ ਨੇ ਤੁਹਾਨੂੰ ਬੁਲਾਇਆ ਵਾ ਉਹ ਕਈ ਵਾਰੀ ਇਕੱਲੇ ਵੀਜ਼ੇ ਲੱਗ ਜਾਂਦੇ ਉੱਥੇ ਕੋਈ ਵੀ ਨਹੀਂ ਲੱਭਦਾ ਫਿਰ ਉਹ ਚਲੀ ਨੌਕਰੋ ਨੌਕਰੀ ਭਜੀਆ ਫਿਰ ਨਹੀਂ ਆਕਲੈਂਡ ਚ ਕਦੀ ਜਿਹੜਾ ਵਲਿੰਗਟਨ ਔਰ ਕਿਤੇ ਹਮੇਲਟਨ ਕਿ ਜਗ੍ਹਾ ਤੇ ਪਹੁੰਚ ਕੇ ਵਿਚਾਰੀਆਂ ਉੱਥੇ ਫਿਰ ਦਰਦਾਂ ਧੱਕੇ ਖਾਂਦੀਆਂ ਉਹਨਾਂ ਨੂੰ ਪਹਿਲਾਂ ਰੈਡ ਕਰ ਦਿੱਤਾ ਹਾਈ ਕਮਿਸ਼ਨਰ ਇਹ ਚੀਜ਼ਾਂ ਜਿਹੜੀਆਂ ਪੰਜਾਬ ਚ ਜ਼ਿਆਦਾ ਵਾਪਰ ਰਹੀਆਂ ਪੰਜਾਬੀ ਮੁੰਡੇ ਕੁੜੀਆਂ ਪਲੱਸ 2 ਕਰਕੇ ਚਲੇ ਜਾਂਦੇ ਸੀ ਪਰ ਹੁਣ ਪਲੱਸ 2 ਦੇ ਜਿਵੇਂ ਜਿੰਨਾਂ ਨੇ ਪਾਤਿਆ ਵੱਡ ਦਿੱਤਾ ਹੁਣ ਹਾਇਰ ਸਟੱਡੀ ਲਈ ਜਾ ਸਕਦੇ ਆ ਪਹਿਲਾਂ ਨਹੀਂ ਇਸੇ ਕਰਕੇ ਸਕੂਲ ਕਾਲਜ ਯੂਨੀਵਰਸਟੀਆਂ ਸਾਰੀਆਂ ਖਾਲੀ ਹੋ ਗਈਆਂ ਸੀ ਮੁੰਡੇ ਕੁੜੀਆਂ ਪੱਜ ਪੱਜ ਉਧਰ ਜਾਂਦੇ ਸੀਗੇ ਜਾ ਜਾਂਦੇ ਚੰਬੜ ਕੇ ਤੇ ਉੱਥੇ ਪਹੁੰਚ ਜਾਂਦੇ ਸੀਗੇ ਇਹ ਸਾਰਾ ਸਰਵੇਖਣ ਹੋ ਚੁੱਕਿਆ ਵਾ ਔਰ ਕੱਲ ਹੀ ਜਿਹੜੀ ਬੜੀ ਫਰੈਸ਼ ਨਿਊਜ਼ ਹੈਗੀ ਆ ਕਿ ਅੱਠ ਜ਼ਿਲ੍ਹਿਆਂ ਦੇ 25 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਤੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਸੀ ਪੈਸਾ ਆਪ ਹਜਮ ਕਰ ਜਾਂਦੇ ਸੀਗੇ ਦੂਸਰਾ ਹੈਗਾ ਕਿ ਪੰਜਾਬ ਦੇ ਵਿੱਤੀ ਸੰਕਟ ਕਰਕੇ ਤਨਖਾਹਾਂ ਪੈਨਸ਼ਨਾਂ ਦੇਣਾ ਹੋਇਆ ਮੁਹਾਲ ਮੁਸ਼ਕਲ ਵਿਕਾਸ ਕਾਰਜਾਂ ਤੇ ਕੇਂਦਰੀ ਸਰਕਾਰ ਨੇ ਲਗਾ ਦਿੱਤੀ ਰੋਕ ਹੁਣ ਇਸੇ ਤਰ੍ਹਾਂ ਹੈਗਾ ਕਿ ਜਿਹੜੇ ਵੀ ਪੰਜਾਬ ਵਿੱਚ ਵਿੱਤੀ ਸੰਕਟ ਇਸ ਵੇਲੇ ਪੂਰਾ ਹੈਗਾ ਔਰ ਤਨਖਾਹਾਂ ਤੇ ਪੈਨਸ਼ਨਾਂ ਜਿਹੜੇ ਵਿਚਾਰੇ ਕੰਮ ਕਰ ਰਹੇ ਆ ਜਿਹੜੇ ਵੀ ਮੁਲਾਜ਼ਮ ਨੇ ਇੱਥੇ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲ ਰਹੀ ਔਰ ਕੋਈ ਵੀ ਉਹਨਾਂ ਤੇ ਪੈਨਸ਼ਨਾਂ ਤੇ ਵੀ ਰੋਕ ਲੱਗੀ ਪਈ ਆ ਔਰ ਇਹ ਕੇਂਦਰ ਖਜ਼ਾਨਾ ਖਾਲੀ ਆ ਦੂਜੇ ਪਾਸੇ ਵਿਕਾਸ ਵਿਕਾਸ ਦੀ ਗੱਲਾਂ ਕਰਦੇ ਆ ਹੁੰਦਾ ਕੱਖ ਨੀਗਾ ਔਰ ਸਿਹਤ ਸਹੂਲਤਾਂ ਦੇ ਪਿੱਛੇ ਵੀ ਰਹਿ ਗਿਆ ਸਿਹਤ ਸਹੂਲਤਾਂ ਤੇ ਇਹਨਾਂ ਨੇ ਕਿੰਨੇ ਜਿਹੜੇ ਕੇਂਦਰ ਬਣਾ ਦਿੱਤੇ ਆ ਔਰ ਉਹਨਾਂ ਕੇਂਦਰਾਂ ਦੇ ਵਿੱਚ ਮਹੱਲਾ ਕੇਂਦਰ ਬਣਾਏ ਸਿਹਤ ਕੇਂਦਰ ਉਹਨਾਂ ਦੇ ਵਿੱਚ ਵੀ ਕੋਈ ਡਾਕਟਰ ਨਹੀਂ ਲੱਭਦਾ ਕੋਈ ਨਰਸ ਨਹੀਂ ਲੱਭਦੀ ਡਾਕਟਰਾਂ ਦੇ ਅਸੀਂ ਇਹਨਾਂ 'ਚ ਨਹੀਂ ਜਾਣਾ ਔਰ ਉਸ ਕਰਕੇ ਸਾਰਾ ਪੰਜਾਬ ਜਿਹੜਾ ਵਿਕਾਸ ਕਰ ਜਾਂ ਤੋਂ ਉਨਾ ਹੋ ਗਿਆ ਔਰ ਪੈਸੇ ਦੀ ਥੋੜ ਔਰ ਪਹਿਲਾਂ ਇਹਨਾਂ ਨੇ 1800 ਕਰੋੜ ਲਿਆ ਸੀਗਾ ਫਿਰ 1200 ਲਿਆ ਫਿਰ 700 ਕਰੋੜ ਹੁਣ ਲਿਆ ਔਰ ਉਹਦੇ ਵਿੱਚ ਸਾਰਾ ਰੀਸੈਂਟਲੀ ਜਿਹੜੇ ਲਿਆਇਆ ਕਰਜ਼ਾ ਸਾਰਾਂ ਲੋਕਾਂ ਦੇ ਸਿਰ ਮੜਿਆ ਜਾਣਾ ਜਦੋਂ ਵੀ ਸਰਕਾਰ ਇਹ ਚਲੇ ਜਾਂਦੀ 2.5 ਸਾਲ ਤੋਂ ਬਾਅਦ ਆਉਣ ਵਾਲੀ ਸਰਕਾਰ ਨੂੰ ਫਿਰ ਇਹਦਾ ਦੇਣਾ ਪੈਗਾ ਪੈਸਾ ਟੈਕਸ ਦੇਣਾ ਪਊਗਾ ਉਹ ਸਾਰਾ ਟੈਕਸ ਜਿਹੜਾ ਲੋਕਾਂ ਤੋਂ ਵਸੂਲਿਆ ਜਾਊਗਾ ਟੈਕਸਾਂ ਦੇ ਰਾਹੀਂ ਹੁਣ ਟੈਕਸ ਜਿਹੜਾ ਗੱਡੀਆਂ ਮਹਿੰਗੀਆਂ ਕਰ ਦਿੱਤੀਆਂ ਸੀਗੀਆਂ ਜਿਹੜੀਆਂ ਡੀਜ਼ਲ ਗੱਡੀਆਂ ਮਹਿੰਗੀਆਂ ਹੋ ਗਈਆਂ ਉਹਨਾਂ ਦੇ ਆਰਸੀ ਮਹਿੰਗੀਆਂ ਕਰ ਦਿੱਤੀਆਂ ਔਰ ਉਹਨਾਂ ਤੇ ਹੋਰ ਤਰ੍ਹਾਂ ਦੇ ਕਈ ਟੈਕਸ ਲਾ ਦਿੱਤੇ ਫੋਰ ਵੀਲਰ ਤੇ ਟੂ ਵੀਲਰ ਤੇ ਇਹ ਸਾਰਾ ਕੁਝ ਦੇਖ ਲੋ ਲੋਕਾਂ ਤੇ ਲੱਗਦਾ ਫਿਰ ਕਹਿੰਦੇ ਅਸੀਂ ਕੋਈ ਟੈਕਸ ਨਹੀਂ ਲਾ ਰਹੇ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਸੁਪਰੀਆਂ ਦਾ ਜਿਹੜਾ ਪੰਜਾਬ ਉਹ ਸਿਰਜਦਾਗੇ ਮੂਹ ਮਹਾਂਦਰਾ ਬਦਲ ਦਾਂਗੇ ਸਾਰੇ ਐਲਾਨਾਂ ਮੈਂ ਰਿੰਦੇ ਆ ਮੈਨੀਫੈਸਟ ਵਿੱਚ ਕੀ ਹੈ ਤੇ ਕਾਰਗਜ਼ਾਹੀ ਕੀ ਹੈ ਉਥੇ ਚੁਟਕਲਿਆਂ ਨਾਲ ਦੱਸਿਆ ਇਹ ਪ੍ਰਤਾਪ ਸਿੰਘ ਬਾਜਵਾ ਨੇ ਕਿ ਚੁਟਕਲਿਆਂ ਨਾਲ ਜਿਹੜਾ ਠੱਠਾ ਮਸ਼ਕਰੀ ਨਾਲ ਨਹੀਂ ਸਰਕਾਰਾਂ ਚੱਲ ਜਿੰਦੀਆਂ ਸਟੇਜ ਦਾ ਤੇ ਸਟੇਟ ਦਾ ਬੜਾ ਫਰਕ ਹੈ ਸਹੀ ਗੱਲ ਉਹਨਾਂ ਦੀ ਪ੍ਰੈਕਟੀਕਲ ਤੌਰ ਤੇ ਜੋ ਕੁਝ ਹੋ ਰਿਹਾ ਉਹ ਕਾਸ ਸੌਰ ਤੇ ਵਿਕਾਸ ਕਾਰਜਾਂ ਚ ਰੁਕ ਰੋਗ ਹੈ ਔਰ ਉਹਦੇ ਤੇ ਜਿਹੜੇ ਕੇਂਦਰੀ ਸਰਕਾਰ ਉਹਨਾਂ ਵੀ ਇੱਕ ਆਨੰਦ ਦਿੱਤਾ ਇੱਕ ਪਾਈ ਨਹੀਂ ਦਿੱਤੀ ਉਹਨਾਂ ਵਿਰੋਕ ਲਈ ਜਿਹੜੇ ਵੀ ਪੈਸਾ ਫੰਡਿੰਗ ਦੇਣੀ ਸੀ ਔਰ ਖਾਸ ਤੌਰ ਤੇ ਰੂਰਲ ਫੰਡਿੰਗ ਜਿਹੜੀ ਵਿਕਾਸ ਕਾਰਜਾਂ ਲਈ ਸੰਪਣੀ ਸੀ ਜਿਹਦੇ ਵਿੱਚ ਪੰਚਾਇਤਾਂ ਨੂੰ ਪੈਸਾ ਆਉਂਦਾ ਸੀਗਾ ਔਰ ਉਹਦੇ ਚ ਨਾਲੀਆਂ ਪੂੜੀਆਂ ਗਲੀਆਂ ਔਰ ਉਹਦੇ ਵਿੱਚ ਪੰਜਾਬ ਦੀਆਂ ਨਹਿਰਾਂ ਖਾਲ ਸਾਰੇ ਸੂਏ ਪੱਕੇ ਕੀਤੇ ਜਾਂਦੇ ਸੀ ਉਹ ਪੈਸਾ ਨਹੀਂ ਆ ਰਿਹਾ ਹੁਣ ਉਹ ਉਹਨਾਂ ਨੇ ਮੂੰਹ ਮੋੜ ਲਿਆ ਕਿਉਂਕਿ ਇੱਥੇ ਸਾਡੀ ਉਹਨਾਂ ਦੀ ਸਰਕਾਰ ਹੀ ਨਹੀਂ ਭਾਜੇਪੀ ਦੀ ਸਰਕਾਰ ਵਿੱਚ ਤੇ ਪੈਸਾ ਦੇ ਤੇ ਮਣਾਉਂੀ ਤੋਲ ਦੇਣ ਪੈਸੇ ਔਰ ਜਦੋਂ ਇਹ ਆਪਦੀ ਸਰਕਾਰ ਹੈ ਜਿੱਥੇ ਜਿੱਥੇ ਉਹਨਾਂ ਦੀ ਆਪੋਜੀਸ਼ਨ ਬੈਠੀ ਉਹ ਤੇ ਨਹੀਂ ਦਿੰਦੀ ਉਹ ਸਰਕਾਰ ਕੇਂਦਰ ਸਰਕਾਰ ਨੂੰ ਤੁਮ ਪਾਸਾ ਵਾਟ ਲਿੰਦੀ ਆ ਇਸ ਕਰਕੇ ਪੰਜਾਬ ਦਾ ਜਿਹੜਾ ਪੈਸਾ ਐਨਆਰਆਈ ਵੀਰ ਪ੍ਰੋਗਰਾਮ ਦੇਖ ਰਹੇ ਨੇ ਪੈਸਾ ਬਾਹਰੋਂ ਵੀ ਆ ਰਿਹਾ ਉਹ ਚ ਡਾਲਰ ਵੀ ਆ ਪਾਉਂਡ ਵੀ ਆ ਉਹਦੇ ਵਿੱਚ ਯੂਰੋ ਵੀ ਆ ਸਾਰਾ ਪੰਜਾਬ ਵਿੱਚ ਵਰਤਿਆ ਜਾ ਰਿਹਾ ਤੁਹਾਡਾ ਕਰਕੇ ਪੰਜਾਬ ਵਾਸਤੇ ਪੰਜਾਬ ਦੇ ਵਿੱਚ ਖੇਤੀਬਾੜੀ ਵੀ ਪਿੱਛੇ ਚੱਲ ਗਈ ਹੈ ਕਿਸਾਨ ਵੀਰਾਂ ਨਾਲ ਵੀ ਬਹੁਤ ਉਹਨਾਂ ਦਾ ਜਦ ਸੰਘਾਰ ਚੱਲ ਰਿਹਾ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਸੋਰਸ ਨੇ ਇਨਕਮ ਸੋਰਸ ਬਹੁਤ ਕੱਟ ਗਿਆ ਇਸੇ ਕਰਕੇ ਹੀ ਪੰਜਾਬ ਦੇ ਲੋਕ ਜਿਹੜੇ ਹੈਗਾ ਬਹੁਤ ਪਿਛਲੀਆਂ ਜਿਹੜੀਆਂ ਸਫਾਂ ਵਿੱਚ ਵਲੇਟੇ ਗਿਆ ਇਹ ਗੱਲ ਬਿਲਕੁਲ ਹੀ ਪਾਚਨ ਯੋਗ ਨਹੀਂ ਸਾਰੇ ਲੋਕਾਂ ਦੇ ਲਈ ਉਹੀ ਗੱਲ ਮਾੜੀ ਹੈਗੀ ਆ ਔਰ ਉਸ ਤੋਂ ਬਾਅਦ ਅਸੀਂ ਇਹ ਲੈਣੇ ਕਿ ਇੱਕ ਖੁਸ਼ਖਬਰੀ ਹੈਗੀ ਆ ਕੇਂਦਰ ਸਰਕਾਰੋਂ ਕਿ 70 ਸਾਲ ਦੇ ਸਾਰੇ ਬਜ਼ੁਰਗਾਂ ਨੂੰ ਮਿਲੇਗਾ ਅਜੂਸ਼ਮਾਨ ਯੋਜਨਾ ਦਾ ਲਾਭ ਉਹਦੇ ਵਿੱਚ ਘੱਟੋ-ਘੱਟ 5 ਕਰੋੜ ਜਿਹੜੇ ਵੀ ਪਰਿਵਾਰ ਨੇ ਉਹ ਲਾਭ ਲੈ ਸਕਦੇ ਆ ਔਰ ਉਹ ਗਰੀਬ ਲੋਕ ਨੇ ਜਿਹੜੇ ਵੀ ਜਿਹੜਾ ਵਿਚਾਰਾ 70 ਸਾਲ ਨੂੰ ਕਰਾਸ ਕਰ ਗਿਆ ਉਹ ਇਹਦਾ ਲਾਭ ਲੈ ਸਕਦਾ ਇੱਕ ਸਕੀਮ ਹੈਗੀ ਹੈ ਪ੍ਰਧਾਨ ਮੰਤਰੀ ਵੱਲੋਂ ਔਰ ਇਸ ਦੇ ਵਿੱਚ ਉਹਨਾਂ ਦੀ ਸਿਹਤ ਸਹੂਲਤਾਂ ਦੇ ਲਈ ਹੈਗੀ ਹੈ ਜਦੋਂ ਕਿ ਉਹਨਾਂ ਨੂੰ 5 ਲੱਖ ਦਾ ਜੜਾ ਫਾਇਦਾ ਹੋ ਸਕਦਾ ਜਦੋਂ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਮਿਨਿਮਮ ਜਿਹੜਾ ਉਹਨਾਂ ਦਾ 5 ਲੱਖ ਜਿਹੜਾ 5 ਲੱਖ ਤੱਕ ਉਹਨਾਂ ਨੂੰ ਮੈਕਸਿਮਮ ਮਿਲ ਸਕਦਾ ਔਰ ਉਸ ਕਰਕੇ ਆਪਣਾ ਰਾਜ ਕਰਵਾ ਸਕਦੇ ਆ ਕਿਉਂਕਿ 70 ਸਾਲ ਦਾ ਬੰਦਾ ਹੋ ਜਾਂਦਾ ਵਿਚਾਰਾ ਬਜ਼ੁਰਗ ਉਹਦੀ ਸਿਹਤ ਜਵਾਬ ਦੇ ਜਾਂਦੀ ਆ ਫਿਰ ਉਹਨਾਂ ਕੋਲ ਪੈਸਾ ਵੀ ਨਹੀਂ ਹੁੰਦਾ ਪੈਨਸ਼ਨ ਛੋਟੀ ਮੋਟੀ ਹੁੰਦੀ ਆ ਬੱਚੇ ਜਿਹੜੇ ਆ ਉਹਨਾਂ ਵੱਲੋਂ ਮੂੰਹ ਮੋੜ ਲੈਂਦੇ ਆ ਬੱਚੇ ਵੀ ਉਹਨਾਂ ਦਾ ਬਹੁਤ ਧਿਆਨ ਨਹੀਂ ਰੱਖਦੇ ਕਈ ਬਜ਼ੁਰਗਾਂ ਦਾ ਹਾਲ ਹੈ ਕਈ ਵਿਚਾਰੇ ਬੜੇ ਇਸ ਤਰ੍ਹਾਂ ਦੇ ਜਿਤੇਮ ਖਾਨਾ ਚ ਬੈਠੇ ਆ ਬਹੁਤ ਜਿਹੜੇ ਬਜ਼ੁਰਗ ਉੱਥੇ ਜਾ ਕੇ ਆਪਣਾ ਨਰਵਾਹ ਕਰਦੇ ਆ ਜੀਵਨ ਦਾ ਔਰ ਉਹ ਬੱਚੇ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਲਾਭ ਦੇਣ ਲਈ ਸਰਕਾਰ ਨੇ ਪੱਲਾ ਫੜਿਆ ਉਹਨਾਂ ਦਾ ਕਿਸੇ ਸਰਕਾਰ ਨੇ ਔਰ ਕੇਂਦਰ ਸਰਕਾਰ ਵੱਲੋਂ ਇਸ ਵੇਲੇ 70 ਸਾਲ ਦੇ ਸਾਰੇ ਬਜ਼ੁਰਗਾਂ ਨੂੰ ਇਹ ਲਾਭ ਮਿਲੇਗਾ ਔਰ ਆਯੂਸ਼ਮਾਨ ਯੋਜਨਾ ਹੈਗਾ ਉਹਦੇ ਵਿੱਚ ਜਿਹੜੇ ਵੀ ਲੋਕ ਨੇ ਉਹ ਘੱਟ ਤੋਂ ਘੱਟ 5 ਕਰੋੜ ਪਰਿਵਾਰ ਜਿਹੜੇ ਇਹਦੇ ਵਿੱਚ ਆ ਰਹੇ ਨਾਮਜਾਦ ਹੋ ਗਏ ਆ ਔਰ ਕਾਰਡ ਜਾਣੇ ਬਣਉਣਾ ਦੇ ਔਰ ਮੇਰਾ ਖਿਆਲ ਹੈ ਕਿ ਜਿੰਨੇ ਵੀ ਸਾਡੇ ਦਰਸ਼ਕ 70 ਕਰੋੜ ਦੇ ਨੇ ਔਰ ਇਹ ਸਾਡਾ ਪ੍ਰੋਗਰਾਮ ਨੂੰ ਸੁਣ ਰਹੇ ਨੇ ਬਾਤ ਕਰ ਰਹੇ ਨੇ ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਆਪਣੇ ਕਾਰਡ ਜੋ ਵੀ ਇਹ ਚ ਸੂਤਾ ਮਿਲਦੀਆਂ ਨੇ ਉਸ ਮੁਖੀ ਨੂੰ ਜ਼ਿਲ੍ਹੇ ਦੇ ਵਿੱਚ ਜਿਹੜੇ ਬੈਠੇ ਨੇ ਔਰ ਕਚੈਰੀਆਂ ਦੇ ਵਿੱਚ ਜਿੱਥੇ-ਜਿੱਥੇ ਉਹ ਬੈਠੇ ਨੇ ਉਹਨਾਂ ਨੂੰ ਮਿਲ ਲੈਣਾ ਚਾਹੀਦਾ ਔਰ ਦੱਸਣਾ ਚਾਹੀਦਾ ਕਿ ਮੇਰਾ 70 ਸਾਲ ਹੋ ਗਿਆ ਉਹਨਾਂ ਕੋ ਆਪਣੇ ਸਰਟੀਫਿਕੇਟ ਲੈ ਕੇ ਜਾਓ ਉਮਰ ਦਾ ਜਿਹੜਾ ਸਰਟੀਫਿਕੇਟ ਇਹਦੇ ਖਾਓ ਨਾਨੂ ਔਰ ਦੱਸੋ ਕਿ ਮੇਰੇ ਮੇਰੇ ਇਨਕਮ ਇੰਨੀ ਆ ਉਹ ਪਰਫਾਰਮਾ ਦੇਣ ਕਿ ਪਰਫਾਰਮਾ ਵਰਕੇ ਦੇ ਦਿਓ ਫੋਟੋ ਲੱਗਣੀ ਆ ਉਹ ਦੇ ਦਿਓ ਨਾਲ ਲੈ ਕੇ ਜਾਓ ਵਾਪਸ ਆ ਕੇ ਫਿਰ ਆਪਣਾ ਇਲਾਜ ਕਰਾਓ ਹਰ ਬਜ਼ੁਰਗ 70 ਸਾਲ ਤੋਂ ਕੋਈ ਨਾ ਕੋਈ ਬਿਮਾਰੀ ਦਾ ਗ੍ਰਸਤ ਹੁੰਦਾ ਹੀ ਆ ਔਰ ਉਹਦਾ ਬਿਮਾਰੀ ਦਾ ਇਲਾਜ ਕਰਾਓ ਤਾਂ ਵੱਡੀਆਂ ਉਮਰਾਂ ਭੋਗੋ ਤਾਂ ਗੁਰੂ ਮਹਾਰਾਜ ਦੀ ਅਰਦਾਸ ਕਰੋ ਕਿ ਅਸੀਂ ਤੰਦਰੁਸਤ ਰਹੀਏ ਰਿਸ ਪੁੱਛ ਰਹੀਏ ਔਰ ਲੋਕਾਂ ਦੀ ਸੇਵਾ ਕਰ ਸਕੀਏ ਤੇ ਜੇ ਪਾਸੇ ਅਸੀਂ ਗੱਲ ਕਰਦੇ ਕਿ ਪੰਜਾਬ ਦੇ ਸਰਕਾਰੀ ਜਿਹੜੇ ਹਸਪਤਾਲ ਨੇ ਉਹਨਾਂ ਵਿੱਚ OPD ਬੰਦ ਕਰਕੇ ਲੋਕ ਹੋਏ ਖੱਜਲਖੁਆਰ ਤੇ ਸਰਕਾਰ ਡਾਕਟਰਾਂ ਦੀਆਂ ਮੰਗਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਸਕੀ ਇਹ ਗੱਲ ਹੈਗੀ ਆ ਕਿ ਇਸ ਵੇਲੇ ਡਾਕਟਰਾਂ ਨੇ ਜੜੀਆਂ ਹੈਗੀਆਂ ਅੱਗੇ 4 ਦਿਨ ਹੋਰ ਪਾ ਦਿੱਤੀ ਆ ਡਾਕਟਰਾਂ ਦੀਆਂ ਹੜਤਾਲਾਂ ਚੱਲ ਰਹੀਆਂ ਜਿ ਚਨਰਸਾਂ ਵੀ ਆ ਡਾਕਟਰ ਵੀ ਆ ਫੀਮੇਲ ਡਾਕਟਰ ਵੀ ਹੈਗੀਆਂ ਜੜੀਆਂ ਰਾਤ ਨੂੰ ਚਾਹੁੰਦੀਆਂ ਕਿ ਸਾਨੂੰ ਸਿਕਿਉਰਿਟੀ ਮਿਲੇ ਰਾਤ ਦੇ ਦਿਨ ਤੇ ਕਿਉਂਕਿ ਕਲਕੱਤਾ ਦੇ ਵਿੱਚ ਜੋ ਹੋਇਆ ਤਾਂ ਉੱਤੇ ਉਹ ਉਹਦੇ ਚਤਾ ਸਾਰਾ ਬੜਾ ਜਿਆਦਾ ਹੀ ਅ ਦੋਸ਼ਪੂਰਨ ਹੋਇਆ ਵਾ ਰੇਪ ਕੇਸ ਹੋਇਆ ਵਾ ਜਿਹੜਾ ਉਦੋਂ ਦਾ ਪ੍ਰਿੰਸੀਪਲ ਸੀਗਾ ਉਹ ਹੁਣ ਉਹਨਾਂ ਨੂੰ ਕੈਪਚਰ ਕਰ ਲਿਆ ਉਹਨਾਂ ਤੇ ਉੱਤੇ ਕੇਸ ਲਾ ਕੇ ਤਾਰਾ ਲਾ ਕੇ ਕੇਸ ਇਸ ਵੇਲੇ ਚੱਲ ਰਿਹਾ ਹੈਗਾ ਔਰ ਉਸ ਕੇਸ ਨੂੰ ਲੈ ਕੇ ਦੂਜਿਆਂ ਨੇ ਦੀ ਆਪਣੀ ਮੰਗਾਂ ਵੀ ਕੀਤੀਆਂ ਜਿਹੜੇ ਡਾਕਟਰ ਨੇ ਪੰਜਾਬ ਦੇ ਉਹਨਾਂ ਨੇ ਆਪਣੀ ਮੰਗਾਂ ਵੀ ਆ ਸਰਕਾਰ ਨੂੰ ਚਾਹੀਦਾ ਕਿ ਦਖਲਅੰਦਾਜ਼ੀ ਕਰਕੇ ਉਹਨਾਂ ਦੀ ਮੰਗਾਂ ਪ੍ਰਵਾਨ ਕਰੇ ਜਾਂ ਉਹਨਾਂ ਨੂੰ ਮੌਕਾ ਦੇ ਦੇ ਜਾਂ ਉਹਨਾਂ ਨੂੰ ਕਹੇ ਕਿ ਤੁਹਾਡੇ ਕੁਝ ਪ੍ਰਤੀਨਿਧਾ ਦਾ ਸਕਦੇ ਬਾਕੀ ਤੇ ਕੰਮ ਕਰਨ ਹੁਣ ਇਹ ਚ ਪਤਾ ਨਹੀਂ ਕੌਣ ਸਲਾਹ ਦੇ ਰਿਹਾ ਡਾਕਟਰਾਂ ਨੂੰ ਤੇ ਕੌਣ ਸਲਾਹ ਦੇ ਰਿਹਾ ਸਰਕਾਰ ਨੂੰ ਘਟੂ ਘਟ ਇਨੇ ਲੋਕ ਤਾਂ ਨਹੀਂ ਗਰੀਬ ਵਿਚਾਰੇ ਮਰਨਗੇ ਜਿਆਦਾ ਇਹ ਸਰਕਾਰੀ ਜਿਹੜੇ ਹਸਪਤਾਲ ਨੇ ਹਸਪੀਟਲ ਨੇ ਉਹਨਾਂ ਚ ਗਰੀਬ ਲੋਕ ਹੀ ਜਾਂਦੇ ਆ ਜਿਹੜੇ ਤਕੜੇ ਲੋਕ ਜਿਹੜੇ ਹੈਗੇ ਮਿਡਲ ਫੈਮਿਲੀ ਆ ਜਿਹੜਾ ਪਰ ਮਿਡਲ ਫੈਮਿਲੀ ਆ ਉਹ ਤੇ ਜਾਂਦੇ ਪ੍ਰਾਈਵੇਟ ਆਪ ਪਿਤਾंचं ਕਮਰੇ ਬਣੇ ਆ ਡਾਕਟਰ ਆਉਂਦੇ ਆ ਵਾਰ-ਵਾਰ ਔਰ ਫੈਮਿਲੀ ਡਾਕਟਰ ਵੀ ਨਾ ਦਿੱਤੇ ਘਰਾਂ 'ਚ ਆ ਜਾਂਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਨੇ ਹਸਪੀਟਲ ਉਹਨਾਂ 'ਚ OPD ਨਹੀਂ ਬੰਦ ਹੋਈ ਸਰਕਾਰੀ ਜਿਹੜੇ ਹਸਪੀਟਲ ਨੇ ਉਹਨਾਂ ਚ ਬੰਦ ਹੋ ਗਈਆਂ ਕਈ ਵਿਚਾਰੀਆਂ ਜਿਹੜੀਆਂ ਗਰਭਤੀ ਨੇ ਉਹਨਾਂ ਦੇ ਡਿਲੀਵਰੀ ਹੋਣੀ ਆ ਉਹ ਵਿਚਾਰੀਆਂ ਉੱਥੇ ਜਾ ਰਹੀਆਂ ਵਿਚਾਰੀਆਂ ਰਾਹ ਚ ਜੀ ਰੁੰਦੀ ਰੁੰਦੀਆਂ ਬੱਚੇ ਮਰ ਜਾਂਦੇ ਆ ਔਰ ਇਹਦੇ ਵਿੱਚ ਭਗਵੰਤਮਾਨ ਸਰਕਾਰ ਨੂੰ ਘਟੋ ਘਟੇ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਮਲਤਵੀ ਕਰ ਲਈ ਕਹਿਣਾ ਚਾਹੀਦਾ ਜਦੋਂ ਕਿ ਡਾਕਟਰਾਂ ਨੇ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਤੁਸੀਂ ਇਹ ਜ਼ਵਾਲ ਗੱਲਬਾਤ ਪਿੱਛੇ ਨਾ ਮੁੜੇ ਹੜਤਾਲ ਨਾ ਰੋਕੀ ਤਾਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਪਰ ਉਹਨਾਂ ਦੇ ਕੋਈ ਵੀ ਰਤਾ ਫਰਕ ਨਹੀਂ ਪਿਆ ਉਹ ਉਸ ਤਰ੍ਹਾਂ ਦੀ ਹੜਤਾਲ ਤੇ ਤਾਲ ਜਾਰੀ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਜਾਂ ਦੋਵਾਂ ਸਰਕਾਰਾਂ ਨੂੰ ਮਿਲ ਕੇ ਇਸ ਫੈਸਲੇ ਤੇ ਉਹਨਾਂ ਨੂੰ ਯੋਗ ਅਗਵਾਈ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਵੀ ਮਰੀਜ਼ ਨੇ ਉਹ ਵਿਚਾਰੇ ਤਰਸਯੋਗ ਹਾਲਤ ਵਿੱਚ ਨਾ ਮਰਨ ਅਤੇ ਖੰਜਲਖوار ਨਾ ਹੋਣ ਦਵਾਈਆਂ ਲੈ ਕੇ ਮੁੜਨ ਉਥੋਂ ਔਰ ਆਪਣੀ ਟ੍ਰੀਟਮੈਂਟ ਦੇਣ ਜਦੋਂ ਵਿਚਾਰੇ ਲੋਕ ਉਥੇ ਜਾਂਦੇ ਆ ਜਦੋਂ ਡਾਕਟਰਾਂ ਕੋਲ ਮਿਲਦੇ ਆ ਡਾਕਟਰ ਵਿਚਾਰੇ ਉਥੇ ਪਤਾ ਕੀ ਕਰਦੇ ਡਾਕਟਰਾਂ ਉਹ ਜਿਹੜੇ ਉੱਥੇ ਨਰਸਾਂ ਜਾਂ ਉੱਥੇ ਜਿਹੜੇ ਚੌਕੀਦਾਰ ਬੈਠੇ ਹੁੰਦੇ ਨੇ ਜੀ ਡਾਕਟਰ ਇੱਕ ਵਜੇ ਮਿਲਣਗੇ ਫਿਰ ਕਹਿੰਦੇ ਉਹ ਇੱਕ ਵਜੇ ਨਹੀਂ ਮਿਲੇ 2 ਵਜੇ ਮਿਲੋ ਸਾਰੀ ਦਿਹਾੜੀ ਦੀ ਹੜਤਾਲ ਨਾਲ ਡਾਕਟਰ ਮਿਲਦਾ ਨਾ ਨਰਸਾਂ ਮਿਲਦੀਆਂ ਨਾ ਦਵਾਈ ਮਿਲਦੀ ਐ ਨਾ ਕੋਈ ਵੈਂਟੀਲੇਟਰ ਨਾ ਕੋਈ ਕੁਝ ਹੋਰ ਸੂਰਤਾਂ ਮਿਲਦੀਆਂ ਇਹ ਸਿਹਤ ਕੇਂਦਰਾਂ ਦਾ ਹਾਲ ਐ ਸਾਡੇ ਸਾਰੇ ਪੰਜਾਬ ਦੇ ਪਰ ਸਾਨੂੰ ਚਾਹੀਦਾ ਹੈਗਾ ਕਿ ਬਾਕੀ ਜਿਹੜੇ ਵੀ ਹੋਰ ਵੀ ਏਜੰਸੀਆਂ ਨੇ ਧਾਰਮਿਕ ਏਜੰਸੀਆਂ ਨੇ ਧਾਰਮਿਕ ਯੋਗਸਥਾਨਾਂ ਤੇ ਬਣੀਆਂ ਨੇ ਉਹਨਾਂ ਨੂੰ ਇਹਨਾਂ ਵੱਲ ਖਿਆਨ ਦੇਣਾ ਚਾਹੀਦਾ ਚੈਰੀਟੀ ਵਾਲਾ ਹਸਪੀਟਲ ਨੇ ਉਹਨਾਂ ਵਿੱਚ ਸੱਦਾ ਦੇ ਦੇਣਾ ਚਾਹੀਦਾ ਐਮਰਜੈਂਸੀ ਕਾਲ ਕਰਨੀ ਚਾਹੀਦੀ ਆ ਪੰਜਾਬੀ ਤਾਂ ਜਦੋਂ ਹੋਵੇ ਬਾਹਰ ਨੇ ਨੇਪਾਲ ਚ ਕੋਈ ਪਚਾਲਾ ਜਿਹੜਾ ਬਾਹਰਲ ਚ ਚਾਇਨਾ ਚ ਕੁਝ ਹੋ ਜੇ ਜਾਂ ਜਦ শ্রীলੰਕਾ ਚ ਕੁਝ ਹੋ ਜੇ ਉੱਥੇ ਟਰੱਕਾਂ ਦੇ ਟਰੱਕ ਚੱਲ ਜਾਂਦੇ ਉੱਥੇ ਕੰਬਲ ਚੱਲ ਜਾਂਦੇ ਖਾਣੇ ਚੱਲ ਜਾਂਦੇ ਪੰਜਾਬ ਚ ਆਪਣੇ ਲਈ ਜਿਹਨੂੰ ਅਸੀਂ ਕਹਿੰਦੇ ਦੀਵੇ ਥੱਲੇ ਨੇਰਾਗਾ ਇੱਥੇ ਕਿਉਂ ਨਹੀਂ ਕਰ ਰਹੀਆਂ ਏਜੰਸੀਆਂ ਉਹਨਾਂ ਨੂੰ ਚਾਹੀਦਾ ਸ਼ਰੋਣੀ ਕਮੇਟੀ ਦੇ ਜਿਹੜੀਆਂ ਐਸਜੀਪੀਸੀ ਜਿਹੜੀ ਹੈਗੀ ਆ ਅਕਾਲੀ ਦਲ ਦੀ ਉਹਨਾਂ ਨੂੰ ਚਾਹੀਦਾ ਐਜੰਸੀ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਕੰਮ ਕਰੀਏ ਉਹਨਾਂ ਨੇ ਹੋਰ ਜਿਹੜੀਆਂ ਧਾਰਮਿਕ ਐਜੰਸੀਆਂ ਨੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਕੰਮ ਕਰਨ ਅੱਗੇ ਪਹੁੰਚਣ ਔਰ ਇਹਨਾਂ ਨੂੰ ਇਸ ਐਮਰਜੈਂਸੀ ਚੋਂ ਬਾਹਰ ਕੱਢਣ ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਆ ਸਾਡੇ ਵੱਲੋਂ ਅਪੀਲ ਹੈ ਕਿ ਉਹਨਾਂ ਦਾ ਧਿਆਨ ਰੱਖੋ ਕਿਉਂਕਿ 4 ਦਿਨ ਉਹਨਾਂ ਨੂੰ ਹੋਰ ਅਜੇ ਰੱਖ ਲਈ ਰਟਾਲ ਤੇ ਵਿਚਾਰੇ ਗਰੀਬ ਲੋਕ ਤੇ ਜਿਹੜੇ ਬਿਮਾਰ ਨੇ ਕਿੱਥੇ ਜਾਣਗੇ ਉਹਨਾਂ ਦਾ ਖਿਆਲ ਕਿਨੇ ਰੱਖਣਾ ਗਏ ਪੰਜਾਬੀਆਂ ਨੂੰ ਚਾਹੀਦਾ ਇਕੱਠੇ ਹੋ ਕੇ ਜਦੋਂ ਹਾੜਾ ਹੁੰਦਾ ਤਾਂ ਇਕੱਠੇ ਹੋ ਜਾਂਦੇ ਆ ਜਦੋਂ ਕੋਈ ਐਮਰਜੈਂਸੀ ਹੋਦੀ ਇਕੱਠੇ ਹੋ ਜਾਂਦੇ ਆ ਆ ਵੀ ਇੱਕ ਐਮਰਜੈਂਸੀ ਆ ਇਹਨੂੰ ਸੰਭਾਲਣ ਲਈ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਕਟ ਜੋੜ ਬਣਾ ਲੈਣੇ ਚਾਹੀਦੀ ਹੈ ਤਾਂ ਕਿ ਇੱਕ ਐਮਰਜੈਂਸੀ ਕਾਲ ਦੇਣੀ ਚਾਹੀਦੀ ਹੈ ਫੇਸਬੁੱਕ ਤੇ ਪਾ ਦਿਓ ਵੀ ਸਾਡੋ ਕੋ ਆਜ ਵਾਸਤੇ ਹਲਾਜ ਕਰਾਂਗੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਕਰਕੇ ਆਰ ਦੂਸਰਾ ਅਸੀਂ ਬਾਤ ਦੇ ਦਿੱਲੀ ਵਾਲ ਦਿੱਲੀ ਦੇ ਜਿਹੜੀ ਗੱਲ ਹੋ ਰਹੀ ਹੈ ਕੇਜਰੀਵਾਲ ਹੋਰ ਸਮਾਂ ਸਿਖਾ ਅੰਦਰ ਬੰਦ ਰਹ ਰਹੇ ਨੇ ਰਹਿ ਸਕਣਗੇ ਕਿਉਂਕਿ ਉਹਨਾਂ ਨੂੰ ਅਜੇ ਤੱਕ ਕੋਈ ਵੀ ਜੜੀ ਜੱਜ ਕਾਲ ਦਾਇਰ ਕੀਤੀ ਸੀ ਉਹਦਾ ਕੁਝ ਸੁਣਵਾਈ ਨਹੀਂ ਹੋਈ ਕੱਲ ਇੱਕ ਸੁਣ ਦੀ ਜੱਜ ਕਾ ਦੀ ਸੁਣਵਾਈ ਹੋਣੀ ਆ ਤੇ ਹਰਸ ਜਿਹੜੀ ਹੈ 25 ਤੱਕ ਉਹਨਾਂ ਨੇ ਵਧਾਤੀ ਸੀ ਤੇ ਹੋਰ ਸਮਾਂ ਉਹ ਤਿਹਾਰ ਜੇ ਰਸੀਖਾਂ ਚ ਬੰਦ ਰਹਿ ਸਕਦੇ ਨੇ ਜਦੋਂ ਕਿ ਉਹ ਸ਼ੂਗਰ ਦੇ ਮਰੀਜ਼ ਨੇ ਔਰ ਉਹਨਾਂ ਦਾ ਭਾਰ ਵੀ ਘਟ ਗਿਆ ਔਰ ਉਹਨਾਂ ਦਾ ਖਾਣਾ ਜਿਹੜਾ ਜਾਂਦਾ ਡਾਕਟਰੀ ਤੌਰ ਤੇ ਜਾਂਚ ਕਰਕੇ ਉਹਨਾਂ ਨੂੰ ਭੇਜਿਆ ਜਾਂਦਾ ਔਰ ਉਹਨਾਂ ਦੇ ਨਾਲ ਨਾਲ ਉਹਨਾਂ ਨੂੰ ਪਹਿਲੋਂ 1 ਮਹੀਨੇ ਦੀ ਛੁੱਟੀ ਮਿਲੀ ਸੀ ਜਦੋਂ ਲੋਕ ਸਭਾ ਦੀ ਚੋਣਾਂ ਸੀਗਾ ਉਹਦੇ ਵਿੱਚ ਉਹਨਾਂ ਨੇ ਰੱਜ ਕੇ ਤਬਦੀਜ ਕੀਤੀ ਤਕਦੀਰਾ ਕੀਤੀਆਂ ਬੋਲੇ ਵੀ ਔਰ ਸਰਕਾਰ ਦੇ ਵਿਰੁੱਧ ਵੀ ਗੱਲਾਂ ਕੀਤੀਆਂ ਜਦੋਂ ਕਿ ਉਹਨਾਂ ਨੂੰ ਕਿਹਾ ਸੀਗਾ ਉਹਦੋਂ ਹਦਾਇਤਾਂ ਸੀਗੀਆਂ ਸੁਪਰੀਮ ਕੋਰਟ ਵੱਲੋਂ ਕਿ ਤੁਸੀਂ ਕੁਝ ਬੋਲਣਾ ਨਹੀਂਗਾ ਚਾਹੇ ਲੈਕਚਰ ਨਹੀਂ ਦੇਣਾ ਪਰ ਉਹ ਨਹੀਂ ਬੋਲੇ ਉਹਨਾਂ ਨੂੰ ਬਣਦਾ ਸੀਗਾ ਪਰ ਹੁਣ ਦੇ ਵਿੱਚ ਦੂਜੀ ਵਾਰ ਜਿਹੜਾ ਹੁਣ ਉਹਨਾਂ ਤੇ ਇਹ ਆ ਈਡੀ ਵੱਲੋਂ ਔਰ ਉੱਥੋਂ ਦੀ ਰਿਵਿਊਸ ਕੋਡ ਜੜੀ ਹੈਗੀ ਆ ਉਸ ਕੋਰਟ ਵੱਲੋਂ ਜਿਹੜੇ ਫੈਸਲੇ ਲੈਂਡ ਤੇ ਲਾਇਰ ਜਤ ਉਹਨਾਂ ਦੇ ਦੋਸ਼ ਉਹਨਾਂ ਤੇ ਮਨੀ ਲੈਂਡਿੰਗ ਦਾ ਹੈਗਾ ਔਰ ਉਹਨਾਂ ਦੇ ਵਿੱਚ ਟੈਂਡਰ ਘਟਾਲਾ ਹੈਗਾ ਸ਼ਰਾਬ ਘਟਾਲਾ ਹੈਗਾ ਉਹਦੇ ਵਿੱਚ ਬੜੇ ਸਬੂਤ ਉਹਨਾਂ ਨੇ ਇਕੱਠੇ ਕਰ ਲਿਆ ਵੀਡੀਓ ਇਕੱਠੀ ਕਰ ਲੀਆਂ ਪੈਸਾ ਦੇਣ ਲੈਣ ਦਾ ਉਹ ਕੰਮ ਇਕੱਠਾ ਕਰ ਲਿਆ ਇਸ ਕਰਕੇ ਸਬੂਤ ਉਹਨਾਂ ਕੋਲ ਹੋ ਗਿਆ ਬਾਰੇ ਦੇਸ਼ਾਂ ਵਿੱਚ ਵੀ ਜਦੋਂ ਕੋਈ ਸਬੂਤ ਇਕੱਠੇ ਕਰਦੇ ਆ ਫਿਰ ਹੀ ਕੇਸ ਕਰਦੇ ਆ ਸਬੂਤ ਬਿਨਾਂ ਮੰਨਦਾ ਕੋਈ ਨਹੀਂ ਹੈਗਾ ਅੱਜ ਕੱਲ ਵੀਡੀਓ ਦਾ ਜਮਾਨਾ ਹੈਗਾ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਉਹਦੇ ਵਿੱਚ ਜਿੰਨੇ ਵੀ ਸਬੂਤ ਇਕੱਠੇ ਕਰਕੇ ਸਾਹਮਣੇ ਪੇਸ਼ ਕਰ ਦਿੰਦੇ ਜੱਜ ਦੇ ਵੀ ਆਹ ਵੇਖੋ ਆ ਪੈਸੇ ਮੰਗ ਰਿਹਾ ਕਿਧਰ ਦੀ ਪੈਸੇ ਲੈ ਕੇ ਜਾ ਰਿਹਾ ਵੀਡੀਓ ਬੋਲਦੀਆਂ ਬੰਦਾ ਨਹੀਂ ਕੀ ਬੋਲਣਾਗਾ ਇੱਕ ਵਾਹੀ ਵੀਡੀਓ ਹੁੰਦਾ ਇਸ ਕਰਕੇ ਕਿ ਜੀਵਲ ਸਾਹਿਬ ਇਸ ਵੇਲੇ ਜਿੰਨੀ ਵੀ ਪੁਸ਼ਪੜਤਾਲਾਂ ਬੜੀ ਸੰਗੀਨ ਤੇ ਸ਼ਾਨਦਾਰ ਜਿਹੜਾ ਸਾਹਮਣਾ ਕਰ ਰਹੀ ਆ ਉਹਦੇ ਵਿੱਚ ਵਿੱਚ ਹੁਣਾਂ ਦੀ ਜਿਹੜੀ ਆ ਜਾਂਚ ਦਾਰ ਕੀਤੀ ਸੀ ਕਾਲੋ ਦੀ ਸੁਲਮਾਈ ਹੋ ਗਈ ਪਰ ਹੁਣਾਂ ਉਹੀ ਆ ਫੇਰ ਗਾਂ ਦਾ ਗਾਂ ਤੁਰਿਆ ਜਾਂਦਾ ਕੰਮ ਪਿੱਛੇ ਨੋਈ ਨੀ ਮੁੜ ਰਿਹਾ ਔਰ ਸਰਕਾਰ ਤੇ ਉਹੀ ਹੈ ਔਰ ਅਦਾਲਤਾਂ ਵੀ ਉਹੀ ਹੈਗੀ ਹੈ ਸਰਕਾਰ ਤੀਜੀ ਵਾਰ ਉਹੀ ਸਰਕਾਰ ਆ ਗਿਆ ਤੇ ਕਿਸ ਤਰ੍ਹਾਂ ਵਾਪਸ ਮੋੜਾ ਕੱਟ ਲੈਣਗੇ ਉਹੀ ਲੀਡਰ ਨੇ ਉਹੀ ਨੇਤਾ ਨੇ ਉਹੀ ਜੱਜ ਨੇ ਉਹੀ ਹੁਕਮ ਨੇ ਉਹੀ ਦੋਚ ਨੇ ਉਹੀ ਕੋਡ ਬਿਲ ਨੇ ਸਾਰਾ ਕੁਝ ਹੋਹੀ ਪਾਲਾ ਕਿ ਜਿੱਥੇ ਦਾ ਜਿੱਥੇ ਹੈਗਾ ਉੱਥੇ ਦਾ ਉੱਥੇ ਹੀ ਹੈ ਔਰ ਉਸ ਤੋਂ ਪਹਿਲੇ ਇੱਕ ਹੋਰ ਚੇਤਾਵਨੀ ਦਿੱਤੀ ਉਹਨਾਂ ਨੇ ਕਿ ਹੋ ਸਕਦਾ ਕਿ ਦਿੱਲੀ ਦੀ ਸਰਕਾਰ ਜਿਹੜੀ ਆ ਮਲਤਵੀ ਬਰਖਾਸਤ ਕਰ ਦਿੱਤੇ ਜਾਵੇ ਔਰ ਜਦ ਚ ਬਰਖਾਸਤ ਹੋ ਗਈ ਤੇ ਇਹ ਫਿਰ ਆਪਣੇ ਤੌਰ ਤੇ ਮੁੱਖ ਮੰਤਰੀ ਵੀ ਨਿਰਾਣੇ ਨਵੇਂ ਤੌਰ ਤੇ ਇਲੈਕਸ਼ਨ ਹੋਣਗੇ ਆ ਰਾਸ਼ਪਤਿ ਰਾਜ ਤੇ ਜਦੋਂ ਮਰਜੀ ਐਮਰਜੈਂਸੀ ਡਿਕਲੇਅਰ ਕਰਕੇ ਲਾ ਸਕਦੀ ਆ ਕੇਂਦਰ ਸਰਕਾਰ ਕੇਂਦਰ ਸਰਕਾਰ ਦੇ ਹੱਥ ਵਿੱਚ ਬਹੁਤ ਹੀ ਵੱਡੇ ਨੁਕਤੇ ਨੇ ਔਰ ਵੱਧ ਵੱਧ ਅਸ਼ੀਰਵਾਦ ਦੇ ਦੂਜੇ ਨੁਕਤੇ ਵੱਲ ਕਿ ਇਹ ਕਹਿੰਦੇ ਨੇ ਕਿ ਜਿਹੜਾ ਵੀ ਜਾ ਹੈ ਕਿ ਪੰਜਾਬ ਵਿੱਚ ਛਾ ਸਕਦਾ ਹੈ ਬਿਜਲੀ ਸੰਕਟ ਦਾ ਇਹ ਇੱਕ ਬਹੁਤ ਵੱਡਾ ਸੰਕਟ ਸਾਰੇ ਪੰਜਾਬ ਵਿੱਚ ਇਹ ਸੰਕਟ ਆ ਗਿਆ ਕਿਉਂਕਿ ਕਾਮੇ ਜਿਹੜੇ ਹੈਗੇ ਆ ਲੰਬੀ ਛੁੱਟੀ ਲੈ ਗਏ ਉਦੇ ਵਿੱਚ 25 ਗ੍ਰਿਡ ਜਿਹੜੇ ਹੈਗੇ ਪ੍ਰਭਾਵਿਤ ਹੋ ਗਏ ਔਰ ਉਹ ਸਾਰਾ ਕੁਝ ਪਾਲਾ ਕੇ ਜਿਹੜਾ ਹੈਗਾ ਹੁਣ ਸੰਕਟ ਇਸ ਕਰਕੇ ਆ ਗਿਆ ਕਿ ਕੰਮ ਨਹੀਂ ਕਰ ਰਹੇ ਉਹਨਾਂ ਨੇ ਵੀ ਹੜਤਾਲ ਕਰ ਦਿੱਤੀ ਇੱਕ ਪਾਸੇ ਡਾਕਟਰ ਹੜਤਾਲ ਤੇ ਬੈਠੇ ਆ ਇੱਕ ਪਾਸੇ ਬਿਜਲੀ ਦੇ ਕਾਮੇ ਬੈਠੇ ਆ ਇਹਨਾਂ ਨੇ 5 ਦਿਨ ਦੀ ਹੜਤਾਲ ਦਾ ਦਿੱਤੇ ਚੁੱਟੀ ਲੈ ਲਈ ਇਹਨਾਂ ਨੇ ਔਰ ਜਿਹੜੀ ਸਮੂਹ ਛੁੱਟੀ ਹੈਗੀ ਉਹਦੇ ਵਿੱਚ ਇਹਨਾਂ ਨੇ ਕੰਮ ਕਰਨਾ ਹੀ ਨਹੀਂ ਹੁਣ ਸਾਰੇ ਦੇ ਸਾਰੇ ਗ੍ਰਿਡ ਜਿਹੜੇ ਆ ਫੇਲ ਹੋ ਗਏ ਔਰ ਬਿਜਲੀ ਜਿਹੜੀ ਨਹੀਂ ਮਿਲ ਰਹੀ ਤੇ ਗਰਮੀ ਜੁਰਾਂ ਤੇ ਹੈ ਗਿਆ ਏਸੀ ਅਜੇ ਵੀ ਚੱਲਦੇ ਹੈਗੇ ਆ ਪੱਕੇ ਵੀ ਚਲਾਉਣੇ ਪੈਂਦੇ ਆ ਫ੍ਰਿਜ ਬੰਦ ਹੋ ਗਿਆ ਤੇ ਸਾਰਾ ਕੁਝ ਸਬਜ਼ੀਆਂ ਆਟਾ ਜੋ ਵੀ ਕੁਝ ਦਹੀਂ ਉਹ ਸਾਰਾ ਕੁਝ ਖਰਾਬ ਹੋ ਜਾਊਗਾ ਔਰ ਖਰਾਬ ਹੋਣ ਨਾਲ ਕਿੱਥੋਂ ਲੋਕ ਚਾਰ ਕੇ ਖਾਣਗੇ ਬਿਜਲੀ ਤੋਂ ਹਰ ਇੱਕ ਦੇ ਘਰ ਹੈਗਾ ਪੱਖੇ ਵੀ ਘਰਾਂ 'ਚ ਲੱਗੇ ਆ ਹਨਾ ਏਸੀ ਵੀ ਲੱਗੇ ਆ ਔਰ ਇਸ ਕਰਕੇ ਬਿਜਲੀ ਤੇ ਪੂਰੀ ਜ਼ਿੰਦਗੀ ਨਿਰਭਰ ਕਰਦੀ ਹੈ ਇਹ ਸਾਰੇ ਦੋਸਤ ਤਾਂ ਨੂੰ ਮਿੱਤਰਾਂ ਨੂੰ ਪਤਾ ਦਰਸ਼ਕਾਂ ਨੂੰ ਪਤਾ ਹੈਗਾ ਜੇ ਬਿਜਲੀ ਨਹੀਂ ਆ ਗਈ ਪਾਣੀ ਨਹੀਂ ਹੈਗਾ ਲਾਈਟਾਂ ਨਹੀਂ ਹੈਗੇ ਤਾਂ ਫਿਰ ਕਾਹਦੀ ਜਿੰਦਗੀ ਹੈਗੀ ਫਿਰ ਕੋਪਕ ਹਨੇਰਾ ਸਾਰੇ ਪਾਸੇ ਪਹਿਲੇ ਜ਼ਮਾਨੇ ਦਾ ਹੁਣ ਤਾਂ ਨਾ ਬੋਰ ਰਹਿਣਾ ਪੇਪੜ ਰਹਿਣਾ ਟਾਲੀਆਂ ਰਹੀਆਂ ਨਾ ਚਤੂਤ ਰਹਿ ਇਸ ਕਰਕੇ ਜਿਹੜਾ ਅਸੀਂ ਬਿਜਲੀ ਤੇ ਨਿਰਭਰ ਜ਼ਿਆਦਾ ਕਰਦੇ ਹਾਂ ਔਰ ਇਹਨਾਂ ਦੀ ਵੀ ਮੰਗਾ ਨੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂਵਾਂ ਨੂੰ ਖਾਸ ਤੌਰ ਤੇ ਖਿਆਰ ਰੱਖਣਾ ਚਾਹੀਦਾ। ਉਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਅਸੀਂ ਸਾਂਝਾ ਬੋਰਡ ਬਣਾ ਰਹੇ ਹਾਂ ਜਿਸ ਦੇ ਵਿੱਚ ਡਾਕਟਰ ਸਾਹਿਬਾਨ ਨੇ ਜਿਹੜੇ ਸਿਹਤ ਸੁਰੂਤਾਵਾਂ ਦੀ ਗੱਲ ਹੈਗੀ ਆ ਦੂਜੇ ਪਾਸੇ ਬਿਜਲੀ ਦੀ ਜਿਹੜੀ ਜਿਹੜੇ ਕਾਮੇ ਨੇ ਉਹਨਾਂ ਦੀ ਗੱਲ ਹੈਗੀ ਆ ਉਹਨਾਂ ਨੂੰ ਚਾਹੀਦਾ ਕਿ ਜਦੋਂ ਛੁੱਟੀ ਦਿੰਦੇ ਨੇ ਉਹਨਾਂ ਨੂੰ ਅਫਸਰ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਛੁੱਟੀ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇੱਕ ਸੀ ਲੀਵ ਜਿਹੜੀ ਕੈਜੂਅਲੀ ਬਲੀਵ ਹੁੰਦੀ ਹੈ ਉਹ ਤੇ ਇੱਕ ਦਿਨ ਦੀ ਮਿਲ ਲਿੰਦੀ ਹੈ ਪਰ ਲੰਬੀ ਛੁੱਟੀ ਤੇ 5 ਦਿਨ ਦੀ ਨਹੀਂ ਮਿਲਦੀ ਤਿੰਨ ਸੀ ਲੀਵ ਇਕੱਠੀਆਂ ਨਹੀਂ ਮਿਲਦੀਆਂ ਪਤਾ ਨਹੀਂ ਕਿਹੜੀ ਛੁੱਟੀ ਲੈ ਗਏ ਉਹ ਔਰ ਇਹ ਚੀਜ਼ਾਂ ਜਿਹੜੀ ਹੈਗੀਆਂ ਜੇ ਐਡਮਿਨਿਸਟ੍ਰੇਟਿਵ ਜਿਹੜੇ ਹੈਗੇ ਨੇ ਐਕਸਿਨ ਨੇ ਐਸ ਡੀਓ ਨੇ ਬਾਕੀ ਜਿਹੜੇ ਜੇ ਹੀ ਨੇ ਉਹਨਾਂ ਨੂੰ ਵੇਖਣਾ ਚਾਹੀਦਾ ਹੈਗਾ ਹੁਣ ਸਾਰੇ ਦਾ ਸਾਰਾ ਗੋਜ ਅਫਸਰਾਂ ਤੇ ਆ ਗਿਆ ਅਫਸਰਾਂ ਨੂੰ ਪਲਾਸ ਪੜ ਨਹੀਂ ਦੇ ਦੋ ਕੀ ਕਰਨੀ ਉਹ ਕਿੱਥੋਂ ਕਰਨੇ ਕੰਮ ਹੀ ਕੰਮ ਕਰਦੇ ਆ ਕਿ ਔਰ ਸ਼ਿਕਾਇਤਾਂ ਦੇ ਸ਼ਿਕਾਇਤਾਂ ਦੇ ਢੇਰ ਲੱਗ ਗਏ ਜਿਸ ਵਾਸਤੇ ਜਾ ਕੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਮੀਨਸ ਜਿੱਥੇ ਕੰਪਲੇਂਟ ਹੈ ਇਹਨਾਂ ਦੀ ਬਿਜਲੀ ਖਰਾਬ ਹੋ ਗਈ ਜਿੱਥੇ ਜਿਆਦਾ ਪੱਖੇ ਨਹੀਂ ਚੱਲ ਰਹੇ ਜਿੱਥੇ ਸਟਰੀਟ ਲਾਈਟਾਂ ਨਹੀਂ ਹੈਗੀਆਂ ਇਹ ਸਾਰਾ ਕੁਝ ਪਾਲਾ ਕੇ ਇਹਨਾਂ ਨੂੰ ਕਰਨਾ ਪੈਣਾਗਾ ਔਰ ਇਹਨਾਂ ਨੂੰ ਇਥੋਂ ਤੱਕ ਦਸਤਾਨੇ ਨਹੀਂ ਦਿੱਤੇ ਜਿੱਥੇ ਵਿਚਾਰੇ ਨੰਗੇ ਹੱਥੀ ਜਿਹੜੀਆਂ ਲਾਈਟਾਂ ਨੂੰ ਬੜਾਉਂਦੇ ਆ ਬਿਜਲੀ ਦੀ ਉਤਾਰਾਂ ਫੜਦੇ ਆ ਕਈ ਮੁੰਡੇ ਮਰ ਗਏ ਉਹਦੇ ਚ ਉੱਤੇ ਵਾਲਿਆਂ ਤੋਂ ਪੋਲ ਤੋਂ ਡਿੱਗੇ ਆ ਔਰ ਕਿੰਨੀ ਤਰਾਸਦੀ ਉਹਨਾਂ ਦੀ ਵੀ ਹੈਗੀ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ ਹਾਂ ਕਾਮਿਆਂ ਦਾ ਧਿਆਨ ਰੱਖਣਾ ਚਾਹੀਦਾ ਬਿਜਲੀ ਬਣਾਉਣ ਵਾਲਿਆਂ ਦਾ ਕੰਮ ਧਿਆਨ ਰੱਖਣਾ ਚਾਹੀਦਾ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇਸ ਤਰ੍ਹਾਂ ਦਬਕੇ ਜਾਂ ਧੰਪੀ ਨਾਲੇ ਮੋੜਨਗੇ ਉਹਨਾਂ ਨੂੰ ਧਿਆਨ ਨਾਲ ਪਿਆਰ ਨਾਲ ਬਣਾਉਣਾ ਚਾਹੀਦਾ ਜੋ ਮੰਗਦੇ ਉਹਨਾਂ ਨੂੰ ਮਹੌਜਿਆ ਕਰਨਾ ਚਾਹੀਦਾ ਜੋ ਉਹਨਾਂ ਦੀ ਵਰਦੀ ਆ ਜੋ ਉਹਨਾਂ ਦੇ ਉਹਨਾਂ ਦੇ ਦਸਤਾਨੇ ਨੇ ਉਹ ਦਿਓ ਪਰਾਸਾਂ ਦਿਓ ਉਹਨਾਂ ਨੂੰ ਕੰਮ ਤੇ ਕਰਨ ਦੇ ਉਪਾਧਾਰ ਦਿਓ ਇਹ ਸਾਰੇ ਚੀਜ਼ਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਹੈਗੀਆਂ ਔਰ ਦੂਜੀ ਗੱਲ ਹੈ ਕਿ ਜਿਹੜੀ ਮੌਜੂਦਾ ਸਰਕਾਰ ਆਪ ਸਰਕਾਰ ਆਮ ਆਦਮੀ ਦੀ ਸਰਕਾਰ ਹੈਗੀ ਆ ਇਹਨਾਂ ਤੇ ਵੀ ਸੰਕਟ ਤੇ ਸੰਕਟ ਆਪਨੇ ਆ ਰਿਹਾ ਪਹਿਲਾਂ ਤਾਂ ਖੰਨਾ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਨੇਤਾ ਮਾਰ ਦਿੱਤਾ ਸੀਗਾ ਤਾਂ ਹੁਣ ਨਸ਼ਰਾ ਪਨੂਆ ਦੇ ਵਿੱਚ ਇੱਕ ਇਹਨਾਂ ਦਾ ਵਰਕਰ ਜਿਹੜਾ ਉਹਨੂੰ ਮਾਰ ਦਿੱਤਾ ਗਿਆ ਔਰ ਉਹ ਹੁਣ ਜਿਹੜਾ ਹੈਗਾ ਸਾਰਾ ਨਸ਼ਰਾ ਪਨੂਆ ਦੇ ਵਿੱਚ ਵੀ ਗੋਲੀਆਂ ਮਾਰ ਕੇ ਉਹ ਮੁੰਡੇ ਨੂੰ ਮਾਰ ਦਿੱਤਾ ਗਿਆ ਇਹ ਹੁਣ ਦੇਖੋ ਆਪਣੇ ਹੀ ਲੀਡਰ ਇਹਨਾਂ ਦੇ ਮਰਦੇ ਜਾ ਰਹੇ ਹਨ ਉਹਨਾਂ ਨੂੰ ਗੋਲੀਆਂ ਮਾਰੀ ਜਾਂਦੀਆਂ ਸਿਕਿਉਰਿਟੀ ਨੂੰ ਕਿਉਂ ਨਹੀਂ ਸਤਰ ਕਰਦੇ ਔਰ ਉਹਨਾਂ ਨੂੰ ਕਿਉਂ ਨਹੀਂ ਸਿਕਿਉਰਿਟੀ ਦਿੰਦੇ ਜਦੋਂ ਤੇ ਇਸ ਤਰ੍ਹਾਂ ਦੇ ਹੋ ਰਹੇ ਆ ਹਮਲੇ ਔਰ ਉਹ ਸਾਰੀਆਂ ਚੀਜ਼ਾਂ ਜਿਹੜੀ ਪਾਲਾ ਕੇ ਇਹਨਾਂ ਦੇ ਆਪਣੇ ਨੇਤਾ ਇਹਨਾਂ ਦੇ ਆਪਣੇ ਕਾਰਕੁਨ ਇਹਨਾਂ ਦੇ ਆਪਣੇ ਹੀ ਜਿਹੜੇ ਵਰਕਰ ਨੇ ਉਹ ਮਾਰੇ ਜਾ ਰਹੇ ਜੇ ਇਹਨਾਂ ਨੂੰ ਹੀ ਸੇਫਟੀ ਨਹੀਂ ਇਹਨਾਂ ਨੂੰ ਸਿਕਿਉਰਿਟੀ ਨਹੀਂ ਇਹਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ ਤਾਂ ਹੋਰ ਕਿਹਨੂੰ ਦੇਣਗੇ ਔਰ ਇਹਨਾਂ ਦੇ ਆਪਸੀ ਜਿਹੜੇ ਉਹ ਕਿਸੇ ਕੰਮ ਦੇ ਡਾਟ ਲਾਕ ਡਾਟ ਜਾਂ ਇਹਨਾਂ ਦੇ ਆਪਣੀ ਪਾਰਟੀ ਦੀ ਕੋਈ ਗੱਲਬਾਤ ਜੋ ਵੀ ਇਹਨਾਂ ਦੀ ਵਿਰੋਧਤਾ ਕਰ ਰਹੀ ਹੈ ਉਹਨਾਂ ਨੂੰ ਇਹ ਸਾਰਾ ਤਬਦੀਸ਼ ਕਰਨਾ ਚਾਹੀਦਾ ਪੁਲਿਸ ਨੂੰ ਜਾ ਕੇ ਕਿਉਂਕਿ ਇਹ ਸਾਰਾ ਪੰਨੂ ਬਿਲਕੁਲ ਬਾਰਡਰ ਤੇ ਹੈ ਪਾਕਿਸਤਾਨ ਤੇ ਔਰ ਖੰਨਾ ਇਹ ਬਿਲਕੁਲ ਲੁਧਿਆਣੇ ਦੇ ਨਾਲ ਹੈਗਾ ਔਰ ਉਥੇ ਵੀ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਦਿਨ ਦਿਹਾੜੇ ਇਹ ਸਾਰਾ ਹੀ ਜਿਹੜਾ ਹਗਾਮਾ ਹੁੰਦੇ ਆ ਹਾਦਸੇ ਹੁੰਦੇ ਆ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਆਪਣੇ ਹੀ ਕਰਮਚਾਰੀ ਉਹਨਾਂ ਨੂੰ ਬਚਾਓ ਬਾਕੀ ਲੋਕਾਂ ਨੂੰ ਬਚਾਓ ਜਿਹੜੇ ਬਾਕੀ ਲੋਕ ਨੇ ਪੰਜਾਬ ਦੀ ਸਿਕਿਉਰਿਟੀ ਇਹਨਾਂ ਦੇ ਹੱਥ-ਬਾਸਾ ਹੈ ਇਹਨਾਂ ਨੂੰ ਚਾਹੀਦਾ ਕਿ ਪੁਲਿਸ ਨੂੰ ਸਤਰ ਕਰਨ ਡਾਇਰੈਕਟਰ ਜਨਰਲ ਪੁਲਿਸ ਨੇ ਉਹਨਾਂ ਨਾਲ ਗੱਲ ਕਰਨ ਔਰ ਬਾਕੀ ਐਸਐਸਪੀ ਨੇ ਜਿਹੜੇ ਰੂਰਲ ਜਿਹੜੇ ਹੈ ਨਿਦੇਹਤੀ ਪੁਲਿਸ ਉਹਨਾਂ ਨਾਲ ਗੱਲ ਕਰਨ ਐਸਐਸਪੀ ਐਸਪੀ ਉਹਨਾਂ ਨਾਲ ਗੱਲ ਕਰਨਾ ਉਹਨਾਂ ਨੂੰ ਹਗਾਮੀ ਮੀਟਿੰਗ ਕਰਨ ਔਰ ਜਿਹੜਾ ਚੰਡੀਗੜ੍ਹ ਕੀ ਹੋ ਗਿਆ ਉੱਥੇ ਗੋਲੀਆਂ ਦਿੰਦੇ ਆੜੇ ਔਰ ਗ੍ਰਨੇਡ ਚੱਲ ਇਹ ਗ੍ਰਨੇਡ ਚੱਲੇ ਸੀ ਇਹ ਹਰ ਸਵੇਰੇ ਚਾਹੇ ਸ਼ਾਂਤੀ ਬਹਾਲ ਨਹੀਂ ਹੋਈ ਔਰ ਦੂਜੇ ਪਾਸੇ ਸਾਹ ਮਚਕਰੀ ਠੱਠਾ ਨਹੀਂ ਚੱਲਦਾ ਜਦੋਂ ਸੀਰੀਅਸਨੈਸ ਹੈਗੀ ਹੈ ਉੱਥੇ ਸੀਰੀਅਸਨੈਸ ਵਾਲੀ ਗੱਲ ਹੋਣੀ ਹੈ ਔਰ ਲੋਕਾਂ ਨੂੰ ਬਚਾਓ ਲੋਕਾਂ ਨੂੰ ਪਿਆਰ ਕਰੋ ਔਰ ਖੁਸ਼ੀ ਦਿਓ ਨਾ ਨੂੰ ਖੁਸ਼ੀ ਵੰਡੋ ਔਰ ਪਿਆਰੇ ਦਰਸ਼ਕੋ ਇਹ ਦਿਨਾਲੀ ਪ੍ਰੋਗਰਾਮ ਦੀ ਸਮਾਪਤੀ ਦੀ ਇਜਾਜ਼ਤ ਦਿਓ ਔਰ ਪ੍ਰੋਗਰਾਮ ਸਮਾਪਤ ਹੁੰਦਾ ਇਸ ਪ੍ਰੋਗਰਾਮ ਨੂੰ ਬਹੁਤ ਹੀ ਆ तरीਕੇ ਨਾਲ ਵਾਚ ਕਰੋ ਵੇਖੋ ਔਰ ਵੇਖਣ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਸ਼ੇਅਰ ਕਰਕੇ ਸਾਰੇ ਮਿੱਤਰਾਂ ਨੂੰ ਸਜਾ ਦਿਓ ਔਰ ਤਾਂ ਕਿ ਅਸੀਂ ਤੁਹਾਡੀ ਫਿਰ ਸੇਵਾ ਕਰਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਸਤ ਸ੍ਰੀ ਅਕਾਲ ਜੀ